ਤੇ ਅਸੀਂ ਲਾਲ ਅੱਖਾਂ ਲਈ ਆਨੇ ਆ ਲਾਲ ਅੱਖਾਂ ਵਾਲੇ ਕਬੂਤਰ ਜਿਹੜੇ ਨੇ ਵਿਲਫਰਦ ਤੁਸੀਂ ਲਾਲ ਅੱਖਾਂ ਤੇ ਬੜਾ ਤੁਹਾਡਾ ਫੋਕਸ ਹੈ ਠੀਕ ਹੈ ਨਾ ਤੇ ਲਾਲ ਅੱਖਾਂ ਵਾਸਤੇ ਤੁਸੀਂ ਹੋਰ ਕੋਈ ਪਰ ਪਾਓਗੇ ਵਿੱਚ ਜਾਏ ਹੋਈ ਆਪਣੀ ਬਲੱਡ ਲਾਈਨ ਹੀ ਰੱਖੋਗੇ ਭਈਆ ਇਹ ਅਸਲ ਹਾਲਤ 'ਚ ਵੀ ਉੱਡਦੇ ਨੇ ਅਲਹਮਦੁਲਿਲਾ ਅਸਲ ਹਾਲਤ 'ਚ ਵੀ ਉੱਡਦੇ ਨੇ ਲੇਕਿਨ ਸਲਿਪ ਹੋ ਜਾਂਦਾ ਅੱਛਾ अगर फर्ज करो कोई स्लिप हो जाता मौसम की जद च आ जाता कबूतर ओके सवारी रिक्वायरमेंट जी कबूतर की आँगी अख की पूरी भी है सही है तो फिर भी कोई मौसम की जद च आ के स्लिप हो जाता कोई बड़ी गल नहीं वो फिर वापस आता आन का कोई चांस नहीं होता लोग कट के जोड़े लगा लेंगे ने फिर वैसे साढ़ा तो वैसे भी जो कोई स्लिप हो जाए तो आता ही नहीं देंदे ही नहीं आ लभदा ही नहीं सानू लोगों के लभ जाते सानू नहीं लभदा हूँ जड़ा ना ये जड़ा ना इन्हों असी टैड़ियों के नाल क्रास टच देंगे इंशाल्लाह ताला तो फिर ज्यादा मजबूत रिजल्ट इन्हों का भी रिजल्ट है मजबूत है आप ही असल हालत ही मजबूत ने असल हालत ही मजबूत ने बिल्कुल सही लेकिन वो जरा रंग थोड़ा चेंज हो जाएगा चलो जो कोई फर्ज करो कोई रह जाता तो चलो उनकी उम्मीद तो होगी वापस आ जाएगा हाँ जी प्योरिटी च फिर वो वापस नहीं आता यह गल मैं अगे भी वकार अंसारी ने लाइव वगैरह मेरा प्रोग्राम किया मैं यही कहा अगर किसी दोस्त को असल हालत कबूतर पहन है ना किसी नसल ना भी ताल्लुक रखते ने तो खुदाया कोई दो तीन जोड़े जोड़े थोड़े को दो चार जोड़े जिन्हें भी जिन्हें नसलों के बंद उन्होंने असल हालत ही रहन दो अगों उन्होंने पट्टिया पट्टिया क्रासा च लगा लो उनकी वजह है कि क्रासे तो फिर भी लभ जाएंगे मिक्स कबूतर तो फिर भी लभ जाएंगे बने हुए असल हालत च कबूतर नहीं लभने इन्हू महफूज करो अच्छा उस्ताद जी जड़ा बड़ा वड्डा अलमनाक वाकया होया जड़ा असीं इन्हू कहांगे अलमनाक वाकया ही कहांगे जड़ा मोहन नवाज घुम्मन साहब नाल होया चोरी मोहन नवाज घुम्मन साहब नाल होया जी 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 इहदे बारे च की तुहाडी राय आ की कहना चाहीदा और की मैसेज देना चाहुंदे हो दोस्तां नूं देखो बहुत वड्डी ज़्यादती होई असीं ते कहांगे ਤੁਹਾਡੀ ਕੀ ਇਹਦੇ ਚ ਰਾਏ ਆ ਤੁਹਾਡਾ ਕੀ ਇਹਦੇ ਚ ਦੇਖੋ ਕੀ ਕਰਦਾਰ ਅਦਾ ਕਰੋਗੇ ਕਬੂਤਰ ਪਰਵਰ ਹੋਣ ਦੇ ਨਾਤੇ ਬਹੁਤ ਬੁਰਾ ਇੱਕ ਅੱਛੇ ਅੱਛੇ ਉਸਤਾਦ ਬਹੁਤ ਬੁਰਾ ਹੋਇਆ ਬਹੁਤ ਹੀ ਬੁਰਾ ਹੋਇਆ ਬਹੁਤ ਹੀ ਬੁਰਾ ਜਿੰਨੀ ਮਰਤਬਾ ਵੀ ਕਹਿ ਲੋ ਉਤਨਾ ਹੀ ਕੰਮ ਹੈ ਉਹਦੀ ਵਜ੍ਹਾ ਇਹ ਆ ਕਿ ਸਾਰੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਕਬੂਤਰ ਬਣਾਉਂਦਿਆਂ ਬਣਾਉਂਦਿਆਂ ਫਿਰ ਕਬੂਤਰ ਬਣਦੇ ਨੇ ਇੱਕ ਜ਼ਿੰਦਗੀ ਦਾ ਟੋਟਾ ਉਹਨਾਂ ਨੇ ਵਕਫ ਕੀਤਾ ਫਿਰ ਇੱਕ ਨਾਮਵਰ ਉਸਤਾਦ ਨੇ ਹੋਰ ਅਜ਼ੀਮ ਉਸਤਾਦ ਨੇ नामवर उस्ताद ने उन्होंने नाल ऐसा चांस वैसे जमीर ही उनका मुर्दा है उस बंदे का जिन्हें यह काम किया इंसान है ही नहीं इंसान के शैतान है बिल्कुल बिल्कुल इंसानियत वखरा ही शैतान है उनका रूप ही शैतान का होगा जिन्हें यह काम किया नहीं करना चाहिए किसी का शौक नहीं खराब करना चाहिए बड़ी बुरी बात है ਇਹ ਵੇਖੋ ਜੀ ਮੈਨੂੰ ਹੁਣ 30-35 ਸਾਲਾਂ ਤੋਂ ਮੈਂ ਵੀ ਜੁੰਮੜਿਆ ਅਤੇ ਮੈਨੂੰ ਪਤਾ ਹੈ ਕਿ ਮੈਂ ਕਿਵੇਂ ਬਣਾ ਰਿਹਾ ਕਿਵੇਂ ਸੰਭਾਲ ਲਿਆ ਕਿੰਨੀ ਮਿਹਨਤ ਹੁੰਦੀ ਹੈ ਔਰ ਕਿੰਨਾ ਖਰਚਾ ਹੁੰਦਾ ਟਾਈਮ ਸਭ ਤੋਂ ਪਹਿਲੇ ਜਿਹੜਾ ਅਨਮੋਲ ਹੈ ਜਿੰਦਾ ਮੁੱਲ ਹੀ ਕੋਈ ਨਹੀਂ ਬੜੀ ਮਿਹਨਤ ਜ਼ਿੰਦਗੀ ਦਾ ਟੋਟਾ ਇੱਕ ਉਹਨਾਂ ਨੇ ਗੁਜ਼ਾਰਿਆ ਅਤੇ ਬਹੁਤ ਬੁਰੀ ਬਾਤ ਹੈ ਹਾਂਜੀ ਇੱਕ ਗੱਲ ਹੋਰ ਹੈ ਕਿ ਮੇਰੇ ਉਹ ਸੀਨੀਅਰ ਉਸਤਾਦ ਨੇ ਮੈਂ ਚੋਰੀ ਸਖੀ ਮੁਹੰਮਦ ਭੱਟੀ ਸਾਹਿਬ ਦਾ ਮੈਂ ਸ਼ਾਗਿਰਦ ਹਾਂ ਉਹ ਉਹਨਾਂ ਵਾਸਤੇ ਖੈਰ ਸ਼ਾਇਦ ਉਹਨਾਂ ਨੂੰ ਮੇਰੇ ਪਰਿੰਦੇ ਪਸੰਦ ਆਣ ਜਾਂ ਨਾ ਆਣ ਇਹ ਅੱਲਾਹ ਤਾਲਾ ਬਿਹਤਰ ਜਾਣਦੇ ਨੇ ਕਿਉਂਕਿ ਸੋਚ ਹਰ ਉਸਤਾਦ ਦੀ ਆਪਣੀ ਆਪਣੀ ਹੈ ਲੇਕਿਨ ਮੇਰਾ ਜਿਹੜੇ ਜਿੰਨੇ ਕਬੂਤਰਾਂ ਦਾ ਤੁਸੀਂ ਹੁਣ ਸ਼ੌਕ ਕਰਵਾਓਗੇ ਨਾ ਉਹਨਾਂ ਵਾਸਤੇ ਇਹ ਖੁੱਲ੍ਹਾ ਮਾਮਲਾ ਤੇ ਕਿ ਉਹ ਜਿਸ ਜਿਸ ਕਬੂਤਰ ਨੂੰ ਟਿੱਕ ਮਾਰ ਕਰਨਗੇ ਉਹਨਾਂ ਦੇ ਘਰ ਪਹੁੰਚ ਜਾਏਗਾ ਉਹਨਾਂ ਦਾ ਸ਼ੌਕ ਵਾਸਤੇ ਸ਼ੌਕ ਆਪਣਾ ਜਿਹੜਾ ਨਾ ਬਹਾਲ ਕਰ ਬਿਲਕੁਲ ਬਹਾਲ ਕਰਨ ਤੇ ਕੋਈ ਗੱਲ ਨਹੀਂ ਅੱਲਾਹ ਤਾਲਾ ਬਿੱਲੀ ਦੋਸਤ ਅੱਛੇ ਹੈ ਨੇ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਦੋਸਤ ਨੇ ਮੇਰੇ ਤੋਂ ਬਹੁਤ ਆਪ ਬੰਦੇ ਪਏ ਨੇ ਲੇਕਿਨ ਮੈਂ ਤਾਂ ਇੱਕ ਨਾਚੀਜ਼ ਜਿਹਾ ਬੰਦਾ ਲੇਕਿਨ ਮੈਂ ਇਹ ਕਹਾਂਗਾ ਜਿੰਨਾ ਵੀ ਸ਼ੋਅ ਕਰਵਾਵਾਂਗੇ ਜਿਹਨੂੰ ਜਿਹਨੂੰ ਟਿੱਕ ਮਾਰ ਕਰਨ 10 ਪੀਸ 15 ਪੀਸ 20 ਪੀਸ ਜਿੰਨੇ ਵੀ ਟਿੱਕ ਮਾਰ ਕਰਨਗੇ ਅੱਲਾਹ ਦੇ ਹੁਕਮ ਨਾਲ ਉਹਨਾਂ ਦੇ ਘਰ ਪਹੁੰਚ ਜਾਣਗੇ ਬਹੁਤ ਅੱਛਾ ਬਹੁਤ ਬਸ ਮੇਰਾ ਉਹਨਾਂ ਨਾਲ ਕੋਈ ਲਿੰਕ ਨਹੀਂ ਹੈ ਕੀ ਬਾਤ ਹੈ ਸਾਹਿਬ ਲੇਕਿਨ ਇੱਕ ਅੱਛੇ ਖਿਡਾਰੀ ਨੇ ਯਾਰ ਪੰਜਾਬ ਲੈਵਲ ਤੇ ਖੇਡਦੇ ਨੇ ਤੁਸੀਂ ਸ਼ੋਅ ਉਹਨਾਂ ਦਾ ਖਰਾਬ ਕਰ ਦਿੱਤਾ ਪੂਰੀ ਦੁਨੀਆ ਬੁਰੀ ਬਾਤ ਬਹੁਤ ਅੱਛਾ ਬੜੀ ਬੁਰੀ ਬਾਤ ਹੈ ਹਾਂਜੀ ਔਰ ਬਹੁਤ ਘਾਟਾ ਹੋਇਆ ਐਡੇ ਵੱਡੇ ਭਾਈ ਨੂੰ ਦੇਖ ਕੇ ਤੇ ਰੋਂਦੇ ਹੋਏ ਔਰ ਦੇਖੋ ਜੀ ਫਿਰ ਉਹ ਖੁਸ਼ਮਜ਼ਾਜ ਖੁਸ਼ ਮਜ਼ਾਜ ਬੰਦੇ ਨੇ ਹੱਸਦੇ ਖੇਡਦੇ ਰਹਿੰਦੇ ਨੇ ਮੁਸਕਰਾਉਂਦੇ ਰਹਿੰਦੇ ਨੇ ਬੜੇ ਅੱਛੇ ਇਨਸਾਨ ਨੇ ਉਸਤਾਦ ਸਾਰੇ ਹੀ ਅੱਛੇ ਨੇ ਅੱਛੇ ਲੇਕਿਨ ਉਹ ਜਿਹੜਾ ਮਜ਼ਾਜ ਆਪਣਾ ਆਪਣਾ ਹੁੰਦਾ ਹਰ ਬੰਦੇ ਦਾ ਮੈਂ ਗਿਆ ਉਹਨਾਂ ਕੋਲ ਇੰਟਰਵਿਊ ਕਰਨ ਤੇ ਸਾਰਾ ਕਰ ਲਿਆ ਤੇ ਮੈਨੂੰ ਕਹਿੰਦੇ ਯਾਰ ਠਹਿਰ ਜਾ ਜ਼ਰਾ ਮੈਂ ਕੀ ਹੋਇਆ ਉਸਤਾਦ ਜੀ ਕਹਿੰਦਾ ਯਾਰ ਤੇਰੇ ਤੇ ਦੋ ਬੋਲ ਬੋਲਦੇ ਨੇ
ਮੈਂ ਕਿਹਾ ਸਾਜੀ ਇਰਸ਼ਾਦ ਫਰਮਾਓ ਸੱਜ ਨੇ ਗਾਣਾ ਬੋਲਿਆ ਮੇਰੇ ਵਾਸਤੇ ਯਕੀਨ ਕਰੋ ਬੜਾ ਮਜ਼ਾ ਆਇਆ ਦੇਖੋ ਐਡੇ ਅੱਛੇ ਅਖਲਾਕ ਦੇ ਮਾਲਕ ਔਰ ਪੂਰੀ ਦੁਨੀਆ 'ਤੇ ਉਹਨਾਂ ਦਾ ਨਾਂ ਹੈ ਔਰ ਬੜਾ ਮਜ਼ਾ ਆਉਂਦਾ ਉਹਨਾਂ ਕੋਲ ਬੈਠ ਕੇ ਉਹਨਾਂ ਦੀ ਗੱਲਾਂ ਸੁਣ ਕੇ ਉਹਨਾਂ ਦੀ ਗੁਫ਼ਤਗੂ ਸੁਣ ਕੇ ਬੜਾ ਇੱਕ ਦਿਲੀ ਸਰੂਰ ਹੁੰਦਾ ਬੰਦੇ ਨੂੰ ਅਤੇ ਉਹਨਾਂ ਨੇ ਮੁਹਤਰਮ ਨਾਲ ਮੁਕਾਬਲੇ ਵੀ ਉਹਨਾਂ ਦੇ ਹੋਏ ਨੇ ਉਸਤਾਦ ਸਾਹਿਬ ਭੱਟੀ ਸਾਹਿਬ ਉੱਥੇ ਗਏ ਸਨ ਉਡਾਣ ਬਾਕੀ ਦੋਸਤਾਂ ਨੂੰ ਵੀ ਯਾਰ ਦੋਸਤੋ ਚਾਹੀਦਾ ਹੈ ਕਿ ਏਡੇ ਅੱਛੇ ਖਿਲਾੜੀ ਨੂੰ ਦੇਖੋ ਤੁਸੀਂ ਉਹਦਾ ਦਿਲ ਟੁੱਟਿਆ ਉਹਦੇ ਨਾਲ ਬੜੀ ਵੱਡੀ ਬੜਾ ਵੱਡਾ ਹਾਦਸਾ ਸੀ ਜ਼ਿੰਦਗੀ ਦਾ ਇਹਨੂੰ ਵੱਡਾ ਹਾਦਸਾ ਕਹਾਂਗੇ ਹਾਦਸਾ ਉਹਦੇ ਨਾਲ ਹੋਇਆ ਔਰ ਯਾਰ ਉਹਦੇ ਨਾਲ ਸਪੋਰਟ ਕਰੋ ਸਾਰੇ ਦੋਸਤ ਕਿਉਂਕਿ ਜਿੰਨੇ ਵੀ ਕਬੂਤਰ ਪਰਵਰ ਨੇ ਚਲੋ ਅਸੀਂ ਤਾਂ ਇੱਕ ਮੀਡੀਆ ਐਂਕਰ ਹਾਂ ਜਾਂ ਨਹੀਂ ਉਹ ਕਰ ਸਕਦੇ ਲੇਕਿਨ ਚਲੋ ਅਸੀਂ ਇਹ ਤਾਂ ਕਹਿ ਸਕਦੇ ਹਾਂ ਨਾ ਕਿ ਯਾਰ ਅਸੀਂ ਮੈਸੇਜ ਦੇ ਸਕਦੇ ਹਾਂ ਸਾਰੇ ਦੋਸਤਾਂ ਨੂੰ ਕਿ ਯਾਰ ਜਿੰਨੇ ਵੀ ਵੱਡੇ ਵੱਡੇ ਖਿਲਾੜੀ ਨੇ ਨਾ ਕਿਉਂਕਿ ਬਹੁਤ ਸੋਰੀ ਸਾਡੇ ਦੁਨੀਆ ਦੇ ਪਾਕਿਸਤਾਨ 'ਚ ਸਾਡੇ ਬਹੁਤ ਵੱਡੇ ਵੱਡੇ ਖਿਲਾੜੀ ਨੇ ਅਤੇ ਯਾਰ ਉਹਦੇ ਸਪੋਰਟ ਕਰੋ ਔਰ ਦੁਬਾਰਾ ਉਸ ਲੈਵਲ 'ਤੇ ਉਹ ਆ ਜਾਣ ਸਾਰੇ ਦੋਸਤਾਂ ਦੀ ਮਿਹਰਬਾਨੀ ਕਿਉਂਕਿ ਸਪੋਰਟ ਕਰਨਗੇ ਉਹ ਦੁਬਾਰਾ ਉਸ ਲੈਵਲ 'ਤੇ ਆ ਜਾਣ ਉਸ ਲੈਵਲ 'ਤੇ ਬੜੀ ਮੁਸ਼ਕਲ ਆਉਣਗੇ ਚਲੋ ਯਾਰ ਇਹ ਵੇਖ ਉਹਨਾਂ ਨੂੰ ਥੋੜ੍ਹਾ ਇੱਕ ਰਿਲੀਫ ਮਿਲ ਜਾਏਗਾ ਠੀਕ ਹੈ ਉਹਨਾਂ ਦੀ ਜਿਹੜੀ ਕਮੀ ਹੈ ਥੋੜ੍ਹੀ ਹੌਸਲਾ ਅਫਜ਼ਾਈ ਕਰੋਗੇ ਉਹਨਾਂ ਦੀ ਕਮੀ ਪੂਰੀ ਹੋ ਜਾਏਗੀ ਹਾਲਾਂਕਿ ਅੱਲਾ ਬਿਹਤਰ ਜਾਣਦਾ ਉਹ ਕਬੂਤਰ ਕਿਸੇ ਕੋਲ ਲੈਂਦੇ ਨੇ ਜਾਂ ਨਹੀਂ ਕਿਉਂਕਿ ਉਹਨਾਂ ਦੇ ਮਾਸ਼ਾਅੱਲਾ ਸ਼ਾਗਿਰਦ ਕਾਫੀ ਨੇ ਹਾਂਜੀ ਉਹਨਾਂ ਨੂੰ ਥੋੜ੍ਹ ਤਾਂ ਨਹੀਂ ਹੈ ਲੇਕਿਨ ਅਸੀਂ ਤਾਂ ਵੇਖੋ ਜੀ ਇੱਕ ਇਨਸਾਨੀਅਤ ਦੇ ਨਾਤੇ ਨਾਲ ਇੱਕ ਪਲੇਅਰ ਦੇ ਪੇਟੀ ਭਰਾ ਆਉਣ ਦੇ ਨਾਤੇ ਨਾਲ ਕਹਿ ਲਓ ਸਾਡੇ ਤੋਂ ਸੀਨੀਅਰ ਨੇ ਅਤੇ ਅਸੀਂ ਤਾਂ ਬਿਲਕੁਲ ਉਹਨਾਂ ਨੂੰ ਕਿਹਾ ਇਨਸ਼ਾਅੱਲਾ ਤਾਲਾ ਸ਼ੋਅ ਕਰਾਉਣਗੇ ਕਰਵਾਵਾਂਗੇ ਹੁਣ ਤੁਸੀਂ ਦਿਖਾਉਣਾ ਦੋਸਤਾਂ ਨੂੰ ਜਿਹੜੇ ਉਸਤਾਦੇ ਮੋਹਤਰਮ ਟਿੱਕ ਮਾਰ ਕਰਨਗੇ ਉਹਨਾਂ ਦੇ ਘਰ ਪਹੁੰਚ ਜਾਣਗੇ ਇਨਸ਼ਾਅੱਲਾ ਤਾਲਾ ਭੱਟ ਸਾਹਿਬ ਜ਼ਰੂਰੀ ਨਹੀਂ ਇੱਕ ਬਿਮਾਰ ਹੈ ਅਤੇ ਉਹਨੂੰ ਕੋਈ ਦੇ ਕੇ ਉਹ ਤਾਂ ਫਿਰ ਹੀ ਉਹਦੇ ਸਿਰ 'ਤੇ ਜਾ ਕੇ ਖੜ੍ਹੇ ਹੋ ਜਾਂਦਾ ਬੰਦਾ ਹੋਸਪਿਟਲ 'ਚ ਅਤੇ ਉਹਨੂੰ ਹੌਸਲਾ ਮਿਲ ਜਾਂਦਾ ਵੇ ਤੁਸੀਂ ਉਹ ਲੈਣ ਜਾਂ ਨਾ ਲੈਣ ਤੁਸੀਂ ਤਾਂ ਆਪਣੇ ਲੋਕ ਕਹਿ ਦਿੱਤਾ ਨਾ ਅਤੇ ਇੰਝ ਦੂਸਰੇ ਦੋਸਤ ਵੀ ਹੌਸਲਾ ਅਫਜ਼ਾਈ ਕਰਨ ਅਤੇ ਮੈਨੂੰ ਤਾਂ ਬੜਾ ਅੱਲਾ ਦੇ ਘਰ 'ਚ ਬੜੀ ਰਾਜਪੂਤ ਭੱਟੀਆਂ ਅਲਹਮਦੁਲਿਲਾ ਖਾਲਸ ਰਾਜਪੂਤ ਹਾਂ ਮੈਂ ਜਿਹੜੀ ਜ਼ਬਾਨ ਕਰਨਾ ਮੈਂ ਹੁੰਦੇ 'ਤੇ ਪੂਰਾ ਉਤਰਨ ਵਾਲਾ ਬੰਦਾ ਅਤੇ ਮੇਰਾ ਮਾਜ਼ੀ ਹਾਲ ਫੇਲ ਕਸੂਰ ਨੂੰ ਵਾਕਫ ਹੈ ਸਾਰਾ ਉਸਤਾਦ ਅਸ਼ਰਫ ਭੱਟੀ ਜਿਹੜੀ ਗੱਲ ਕਰਦਾ ਉਹਦੇ 'ਤੇ ਪੂਰਾ ਉਤਰਦਾ ਐਸੀ ਕੋਈ ਗੱਲ ਨਹੀਂ ਅੱਛਾ ਉਸਤਾਦ ਜੀ ਥੋੜ੍ਹਾ ਐਂਡ 'ਤੇ ਦੋ ਚਾਰ ਸਵਾਲ ਤੁਹਾਡੇ ਨਾਲ ਕਰਾਂਗੇ ਇੱਕ ਦੋ ਸਵਾਲ ਹੀ ਕਰਾਂਗੇ ਬਾਬਾ ਜੀ ਨੂੰ ਤੁਹਾਡੇ ਕੋਲ ਆਏ ਹੋਏ ਨੇ ਬਾਬਾ ਜੀ ਹਾਲਾਂਕਿ ਤੁਸੀਂ ਕਿਹੜਾ ਕੋਈ ਜੋੜੇ ਲਵਾਏ ਨੇ ਵੈਸੇ ਸ਼ੌਕ ਕੀਤਾ ਗੱਲਾਂ ਕੀਤੀਆਂ ਨੇ ਕਬੂਤਰ ਉਹਨਾਂ ਤੁਹਾਡੇ ਦੇਖੇ ਨੇ ਬਾਅਦ 'ਚ ਉਹਨਾਂ ਕਬੂਤਰਾਂ ਦਾ ਸ਼ੌਕ ਵੀ ਕਰਾਉਂਦੇ ਹਾਂ ਤੁਹਾਨੂੰ ਕੀ ਇਹਨਾਂ ਦੇ ਬਾਰੇ 'ਚ ਇਹਨਾਂ ਦੇ ਬਾਰੇ 'ਚ ਕੀ ਕਹਿੰਦੇ ਹੋ ਪੂਰੀ ਸਮਝ ਰੱਖਦੇ ਨੇ ਪੂਰੀ ਪਰਖ ਰੱਖਦੇ ਨੇ ਮੇਰੇ ਤੋਂ ਸੀਨੀਅਰ ਨੇ ਲੇਕਿਨ ਇਹਨਾਂ ਕੋਲ ਇਹ ਪੁੱਛੋ ਕਿ ਅਸੀਂ ਪਸੰਦ ਆਏ ਕਿ ਨਹੀਂ ਆਏ ਅਸੀਂ ਤਾਂ ਜੂਨੀਅਰ ਹਾਂ ਨਾ ਇਹਨਾਂ ਤੋਂ ਮਾਸ਼ਾਅੱਲਾ ਇਹਨਾਂ ਨੂੰ ਇਹ ਪੁੱਛੋ ਵੀ ਸਾਡੀ ਅਥੂਰੀ ਜਿਹੜੀ ਇਹ ਅਸੀਂ ਜਿੱਥੇ ਚੱਲਨੇ ਪਏ ਅਸੀਂ ਠੀਕ ਹਾਂ ਕਿ ਨਹੀਂ ਠੀਕ ਇਹਨਾਂ ਕੋਲ ਪੁੱਛੋ ਕਬੂਤਰ ਨਹੀਂ ਪਹਿਲੇ ਤੁਹਾਡੇ ਕੋਲ ਤਦ ਪੁੱਛਿਆ ਤੁਹਾਡੀ ਛੱਤ 'ਤੇ ਆਏ ਹਾਂ ਤੁਹਾਡੇ ਡੇਰੇ 'ਤੇ ਆਏ ਹਾਂ ਕਿ ਤੁਸੀਂ ਦੱਸੋ ਕਿ ਬਾਬਾ ਜੀ ਕੈਸੇ ਨੇ ਬਾਬਾ ਜੀ ਕਮਾਲ ਮਾਸ਼ਾਅੱਲਾ ਪਰਖ ਰੱਖਦੇ ਨੇ ਕਬੂਤਰਾਂ ਦੇ ਬਾਰੇ 'ਚ ਔਰ ਇਹਨਾਂ ਨੇ ਕੋਈ ਪਹਿਲੇ ਸ਼ੌਕ ਨਹੀਂ ਕੀਤਾ ਆਏ ਨਹੀਂ ਫੜਿਆ ਦੱਸਿਆ ਇਹਨਾਂ ਨੇ ਕਿ ਇਹਦਾ ਤਾਂ ਉਹਦਾ ਖੂਨੀ ਰਿਸ਼ਤਾ ਇਹ ਫਲਾਣੇ ਕਬੂਤਰ ਦਾ ਖੂਨੀ ਰਿਸ਼ਤਾ ਇਹ ਉਹਦਾ ਤਾਂ ਉਹਦਾ ਫਲਾਣਾ ਰਿਸ਼ਤਾ ਹੈ ਬੜੀ ਬਾਤ ਹੈ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ ਬੜੀ ਵੱਡੀ ਗੱਲ ਹੈ ਬੜੀ ਨਵਾਜ਼ਿਸ਼ ਹੈ ਹਾਂਜੀ ਔਰ ਫਿਰ ਦੱਸਿਆ ਵੀ ਗਿਆ ਯਾਰ ਬੜੇ ਉੱਡੇ ਹੋਣਾ ਹਾਂਜੀ ਤੁਹਾਡੀ ਛੱਤ ਤੇ ਉੱਡੇ ਵੀ ਨਹੀਂ ਬੜੇ ਉੱਤੋਂ ਲਿਆਉਂਦੇ ਨੇ ਕਬੂਤਰ ਤੁਸੀਂ ਉੱਡੇ ਡਾ ਥੱਲੇ ਲਿਆਉਂਦੇ ਨੇ ਬਿਲਕੁਲ ਬਿਲਕੁਲ ਮੈਂ ਤਾਂ ਤੁਹਾਨੂੰ ਪਹਿਲੇ ਕਿਹਾ ਮੈਂ ਸਲਾਮ ਹੀ ਭਾਈ ਬੰਦੇ ਨਾਲ ਲੈਣਾ ਆਪਾਂ ਬੜੀ ਮਿਹਰਬਾਨੀ ਆਪਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਉਹ ਪੰਜਾਬੀ ਦੀ ਮਿਸਾਲ ਬੜੀ ਗੰਦੀ ਜੀ ਪਰ ਦੇਣੀ ਨਹੀਂ ਲੈ ਕੇ ਆਪਾਂ ਭਾਈ ਬੰਦੇ ਨਾਲ ਜਿਹੜਾ ਨਾ ਆਪਾਂ ਖੁਸ਼ ਰਹਿੰਦੇ ਹਾਂ ਕਿਸੇ ਬੰਦੇ ਨਾਲ ਅੱਜ ਤੱਕ ਕਸੂਰ 'ਚ ਬਹੁਤ ਸਾਰੇ ਉਸਤਾਦ ਨੇ ਕਿਸੇ ਨਾਲ ਕੋਈ ਮੈਨੂੰ ਮਤਲਬ ਨਹੀਂ ਕੋਈ ਲਾਲਚ ਨਹੀਂ ਕੋਈ ਲੋਭ ਨਹੀਂ ਇੱਕ ਹੁੰਦਾ ਨਾ ਕਿ ਬੰਦਿਆਂ ਨੂੰ ਮਤਲਬ ਹੁੰਦਾ ਜਾਂ ਕਿ ਲਾਲਚ ਨਾਲ ਜੁੜ ਜਾਂਦੇ ਨੇ ਨਾਲ ਆਪਾਂ ਜਿਹਦੇ ਨਾਲ ਵੀ ਜੁੜਦੇ ਹਾਂ ਆਪਾਂ ਮੁਖਲਤ ਜਿਹੇ ਬੰਦੇ ਹਾਂ ਇੰਨਾ ਟਾਈਮ ਹੀ ਨਹੀਂ ਦੇਣਾ ਤੁਸੀਂ ਬੜੀ ਮਿਹਰਬਾਨੀ ਹੈ ਨਹੀਂ ਬਾਬਾ ਜੀ ਮਜ਼ਾ ਹੈ ਹਾਂਜੀ ਬਾਬਾ ਜੀ ਤੁਸੀਂ ਬਾਬਾ ਜੀ ਮਜ਼ਾ ਹੈ ਮੋਟਰਸਾਈਕਲਾਂ ਵਾਲੇ ਮਸ਼ਹੂਰ ਨੇ ਅਲਹਮਦੁਲਿਲਾ ਉਹਨਾਂ ਨੂੰ ਵੀ ਬੜੀ ਪਰਖ ਹੈ ਕਬੂਤਰਾਂ ਦੀ ਉਹਨਾਂ ਨਾਲ ਵੀ ਬੜਾ ਮਜ਼ਾ ਆਇਆ ਅਸੀਂ ਬੈਠੇ ਸਾਂ ਬਹੁਤ ਬਿਹਤਰੀਨ ਕਬੂਤਰ ਨੇ ਇਹਨਾਂ ਦੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਇਹਨਾਂ ਵੀ ਇੰਤਹਾ ਕਰਤੀ ਬੜੇ ਬਿਹਤਰੀਨ ਜੋੜੇ ਲਗਾਏ ਨੇ ਜੀ ਬਾਬਾ ਜੀ ਤੁਸੀਂ ਕੀ ਕਹਿੰਦੇ ਇਹਨਾਂ ਦੇ ਬਾਰੇ 'ਚ ਇਹਨਾਂ ਦੇ ਕਬੂਤਰਾਂ ਦੇ ਬਾਰੇ 'ਚ ਤੁਹਾਡੇ ਵਾਲੇ ਕਬੂਤਰ ਇੰਨੇ ਕੁ ਅੱਛੇ ਨੇ ਕਿ ਮੈਂ ਤੁਹਾਨੂੰ ਰਸਤੇ 'ਚ ਕਹਿ ਦਿੱਤਾ ਸੀ ਕਿ ਅੱਜ ਮੈਂ ਕਸੂਰ ਜਾ ਰਿਹਾ
कि पता नहीं मेरी तमन्ना को पूरी हो जाए जी कि जो मैं चाहना वा ना वो मेरे अगर इन्हों की छाते आ गया ना काम जो कबूतर मैं चाहना वो मिल जाने तो बड़ी गल है मेरा शौक पूरा हो जाएगा। मेरा अल्लाह जानता जिसे को मैं जाना है तो सुलेमान साहब तुम्हें पता है कि मैं झूठ नहीं बोल रहा थोड़े ने मैं गल की है फोन का रिकॉर्ड मैं कह रहा कि जो मैं कह रहा सार अगर मान लो कसूर मैं जा रहा वो गाड़े कबूतर पूरी दुनिया की यानी कि कबूतर की पैदायश उसे शुरू हुई है अच्छे कबूतर की जो मैं चाहता साना वो मैं इतने आया तो वह कबूतर मेरे हाथ लग गए। तुसी मेरे को फिर पूछे आ गया मैं क्या जो कबूतर आ गए ने वाकई इन्होंने को कबूतर सन बनाए फिर इन्होंने जोड़े क्या बात है और मेरा अल्लाह जानता है फिर इन्होंने एक दो जोड़े विखाए इंतहा अच्छे थे कबूतर सारे बेहतरीन ने बहुत बेहतरीन ने लेकिन इन्होंने कबूतर बनाना आंदा और च बड़े बड़े जबरदस्त कबूतर ने इन्हों को जी मेरी तमन्ना सी जिंदगी की वह इतने पूरी हुई है इन्हों की छाते वो कबूतरों का जवाब ही नहीं जो मैं चाहता सा जो मेरा सुलेमान साहब मैं तो अल्लाह नाजर रखे तुम गल मेरे ना करो तू तन मैं रस्ते से कहा कि अगर वो चीज़ निकल आई ना तो मैं मन जावगा तो इन्हों की छत निकल आई मैं इन्हों दुआ देना मैं शुक्र अलहमदुलिल्लाह किसी को नहीं निकली इन्हों को निकल आई है मैं मन गया इन्हों दिल दिख रहे अल्लाह सुन रहा जिन्हें मन को हुनर थोड़ा जहा दिता मामूली जहा तो मैं उस चीज़ मन गया तो मैं ना हिल गया इस गल तो कि यार कसूर इन्होंने को निकली बड़े बड़े कसूरी मैं कबूतर वेखे लाहौर यार पूरे पाकिस्तान के कबूतर मैं वेख बैठा लेकिन मजा आ गया सारे पास भी देखे दे इन्होंने को कबूतर निकले ने नस्ल फिर सारिया एक होर गल एक नस्ल तो इन्होंने ऐसी बनानी है ना हूँ इतने कापी पेंसिल लिया अंगूठे लगा लो मेरे को दस्त करा लो ये एक नायाब एक नस्ल तैयार होएगी इंशाल्लाह मिस्सी कबूतरी है तो कमगर कबूतर है इन्होंने को एक नवी नस्ल तैयार करेगा इंतहा हो जाएगी क्या बात है इन्हें इन्होंने अपने ही अपनी ही बनी मेरा कोई जोड़ा नहीं लग्या आ इन्हों नजरिया सारा कबूतर इन्हों को तो वध वध के जे एक दाना फेल नहीं हो दाग देना मैं अपने बेटे को वाकई भी चौधरी सखी साहब के सही शागिर्द ने है तो दाह दिना मैं बड़े बेहतरीन कबूतर बनाए ने मेरे अंदाजे से शायद ही कबूतर कसूर जैसे कोई हो ऐसा कबूतर नहीं होएगा नहीं मेरे दस्तखत करा लो अंगूठे लवा लो तो इन्हों लै लो नंबर लै लो ऐसे कबूतर नहीं होने जड़े हूँ तो इन्ह जोड़े लाने ने इन्होंने अपने लगे मैं एक भी जोड़ा नहीं लाया तो ना मैं जोड़े लाने आया जे अल्लाह मैं अल्लाह जानता जो मैं कह तलाश हाँ इस नस्ल की इन्हों को निकल आए ने ऐसे ब्रीडर कबूतर ने मजा आ गया। अच्छा बाबा जी एक गल मैं करा दुनिया सोचेगी कि यार यह गल की इन्होंने कि यार जिथे जाते ने उथे कहते ने और ये हकीकत लबाटरी है कसूर लबाटरी है कसूर लबाटरी है कबूतरबाजी का गाढ़े है जिथो सारिया नस्लां टुरियां कमान करा दियां टैडी ये वो जो भी टुरे इत्थे तुहानूं कबूतर नजर आ गए वो नजर आए ने असल कबूतर ब्रीड च सब तो बेस्ट जिहड़े कबूतर जे ना वो असल कबूतर कमगर लाइन ब्रीड चो फिर आ जांदा टैडी फिर आ जांदा मिसा जालदार वो मेरा ईमान है जिहदे को मैं जाना है तो जाण वाला मैं बोनस देने इहनां को निकल आए ने इहनां को निकल आए ने मैं दाद दिंदा इहनां नूं मैं मेरा शौक पूरा हो गया तो फिर कबूतर सारे को दसी तो सारे जिद को लैना तो दाद दे दा। लेकिन जो मैं चाहता सा ना जी चीज़ तो मैं आना चाहता सा तुम मैं रस्ते क्या और चार दफा क्या है यार तू मैं लै तो चलिया पता नहीं मेरा शौक पूरा मैं वो चीज़ लभना चाहना मेरे बेटे को निकल आई मैं दाद दिना शुक्रिया। और दोस्तों मैं तुम्हें हकीकत गल दसना ना कोई फेक है ना मूवी फेक बनाना मैं यार दोस्तों मेरी आदत है गल सुनो मेरी ना फेक बनाना ना फेक बनन देंगा और जिथे हक के उथे हक की गल करांगा और बेशक इन्हों का सेल पॉइंट जो भी सेल भी करते ने और मैं इन्हें अगर रिक्वेस्ट भी करांगा कि यार अगर सेल कबूतर कर दो अच्छे दो तो सस्ते दो अच्छे दो तो सस्ते दो अशरफ भट्टी साहब अगर रिक्वेस्ट है ठीक है मेरा छोटा भाई बैठा वे
ਤੇ ਜ਼ਬੈਰ ਜ਼ਬੈਰ ਅੱਗੇ ਵੀ ਮੇਰੀ ਰਿਕੁਐਸਟ ਹੈ ਕਿ ਯਾਰ ਅੱਛੇ ਦਿਓ ਤੇ ਸਸਤੇ ਦਿਓ, ਸਾਨੂੰ ਇਹਨਾਂ ਕੋਲ ਵੀ ਕੋਈ ਲਾਲਚ ਨਹੀਂ ਨਾ ਕਿਸੇ ਅਗਲੀ ਪਾਰਟੀ ਕੋਲ ਲਾਲਚ। ਲੇਕਿਨ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਹੱਕ ਦੀ ਕਰਾਂ ਜੇ, ਮੈਂ ਤੁਹਾਨੂੰ ਹੱਕ ਦੀ ਦੱਸਾਂਗਾ, ਇਹਨਾਂ ਕੋਲ ਕਬੂਤਰ ਬਹੁਤ ਆਲਾ ਜੇ। ਔਰ ਬਾਬਾ ਵੀ ਇਹ ਹੁਣ ਜਾਣ ਹੋਈ ਹੈ, ਬਾਬਾ ਹਲਫਾਂ ਨਾਲ ਗੱਲ ਕਹਿ ਰਿਹਾ ਯਾਰ ਬੜੇ ਚੰਗੇ ਕਬੂਤਰ। ਉਹ ਕਬੂਤਰ ਮਨ ਜੋ ਮੈਂ ਮੇਰਾ ਦਿਲ ਚਾਹੁੰਦਾ ਸੀ ਅਤੇ ਮੈਂ ਕਹਿੰਦਾ ਕਸੂਰ ਜੀ ਆ ਰਿਹਾ ਮੱਚੀ ਨਜ਼ਰ ਆ ਜੇ, ਮੈਂ ਰਸਤੇ ਤੁਹਾਨੂੰ ਕਹਿੰਦਾ ਰਿਹਾ ਇਹ ਹੱਕ ਅੱਲਾ ਨੂੰ ਜਾਣ ਤੁਸੀਂ ਦੇਣੀ ਹੈ, ਮੈਂ ਕਿਹਾ ਤੁਹਾਨੂੰ ਉਹ ਮਨ ਚੀਜ਼ ਹਾਸਲ ਹੋ ਗਈ। ਅਤੇ ਜ਼ੁਬੈਰ ਸਾਹਿਬ ਕੋਲ ਜਿਹੜੀ ਜਿਹੜੀ ਇਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਉਹ ਨਕਸ਼ਾ ਕੱਟਿਆ ਅੱਖ ਦਾ, ਇੱਕ ਇੱਕ ਚੀਜ਼ ਦੱਸੀ ਹੈ, ਉਹ ਹੀ ਤਾਂ ਚੀਜ਼ ਸੀ ਇਹਨਾਂ ਵਿੱਚ ਜੋ ਕਮਾਲ ਸੀ। ਫਿਰ ਉਹ ਮੈਂ ਕਬੂਤਰ ਦੇਖਦਾ ਗਿਆ ਅਤੇ ਇਹਨੇ ਜ਼ੁਬੈਰ ਸਾਹਿਬ ਦੀ ਮਨ ਤਸਵੀਰ ਨਜ਼ਰ ਆਉਂਦੀ ਰਹੀ, ਯਕੀਨ ਕਰੋ ਉਹ ਚੀਜ਼ਾਂ ਸਾਰੀਆਂ ਮੌਜੂਦ ਸਨ ਅਤੇ ਇੱਕ ਮਜ਼ਾ ਹੀ ਹੋਰ ਆਇਆ ਅਤੇ ਮੇਰੇ ਬੇਟੇ ਨੇ ਕਬੂਤਰ ਬਣਾਏ ਨੇ, ਕਮਾਲ ਕਰ ਦਿੱਤਾ। ਇਹੀ ਤਾਂ ਸ਼ੌਕ ਪੂਰਾ ਹੋਇਆ ਸ਼ਾਗਿਰਦਾਂ ਨੂੰ, ਇਹੀ ਤਾਂ ਚੀਜ਼ਾਂ ਸਮਝਾਈਦੀਆਂ ਨੇ। ਉਹ ਸ਼ਾਗਿਰਦ ਨੇ ਲਾ ਕੇ ਮਜ਼ਾ ਆ ਗਿਆ, ਉਹਨਾਂ ਦਾ ਵੀ ਸਟਾਈਲ ਦੱਸਣ ਦਾ ਵੀਡੀਓ 'ਚ ਪੂਰੀ ਦੁਨੀਆ ਨੇ ਦੇਖਿਆ, ਲੁਤਫ ਆ ਗਿਆ। ਮੈਂ ਇਹਨਾਂ ਦੀ ਵੀਡੀਓ ਕੋਈ ਨਹੀਂ ਛੱਡੀ, ਲੇਕਿਨ ਅੱਜ ਕਬੂਤਰ ਵਾਕਈ ਹੋ ਸਨ ਇਹਨਾਂ ਕੋਲ, ਕਬੂਤਰ ਵਾਕਈ ਹੋ ਸਨ। ਅੱਛਾ ਜ਼ੁਬੈਰ ਆ ਲਾਉਂਦੇ ਹਾਂ। ਜ਼ੁਬੈਰ ਭਾਈ ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ ਜੀ। ਤੁਹਾਨੂੰ ਬੜਾ ਵੇਟ ਕਰਾਇਆ, ਕੀ ਹਾਲ ਹੈ? ਥੋੜ੍ਹਾ ਜਿਹਾ ਤਰ੍ਹਾਂ ਜ਼ੋਰ ਦੀ ਬੋਲਣਾ ਅਤੇ ਰਾਤੀ ਮੇਰੀ ਤੁਹਾਡੀ ਅਤੇ ਕਾਫੀ ਅਰਸੇ ਤੋਂ ਗੱਲਬਾਤ ਹੋ ਰਹੀ ਹੈ ਤੁਹਾਡੇ ਨਾਲ, ਲੇਕਿਨ ਤੁਸੀਂ ਮੈਨੂੰ ਕਿਹਾ ਸੀ ਕਿ ਯਾਰ ਰਾਤੀ ਜਿਹੜਾ ਕਿਹਾ ਕਿ ਬਾਬਾ ਜੀ ਨੂੰ ਜ਼ਰੂਰ ਨਾਲ ਲੈ ਕੇ ਆਉਣਾ, ਹਾਲਾਂ ਨਾ ਕੋਈ ਜੋੜੇ ਲਵਾਉਣੇ ਨਾ ਕੋਈ ਗੱਲ ਨਾ ਬਾਤ, ਤੁਸੀਂ ਕਿਹਾ ਯਾਰ ਬਾਬਾ ਜੀ ਦਾ ਸ਼ੌਕ ਪੂਰਾ ਹੋਏਗਾ। ਬਿਲਕੁਲ। ਔਰ ਕੀ ਮਹਿਸੂਸ ਕੀਤਾ ਬਾਬਾ ਜੀ ਨੂੰ ਤੁਸੀਂ ਦੇਖ ਕੇ, ਕਿਉਂਕਿ ਤੁਹਾਡੇ ਕੋਈ ਪਰਖ ਹੈਗੀ ਹੈ, ਤੁਹਾਡੇ ਅਗਰ ਸਾਧ ਕੋਲ ਬਹੁਤ ਜ਼ਿਆਦਾ ਨਾ ਪਰਖ ਤੇ ਥੋੜੀ ਬਹੁਤੀ ਤੁਹਾਡੇ ਕੋਲ ਵੀ ਹੈਗੀ। ਮੈਂ ਬਹੁਤ ਜ਼ਿਆਦਾ ਨਹੀਂ ਨਹੀਂ ਇੱਕ ਗੱਲ ਕਰ ਰਿਹਾ, ਸਾਧ ਤੋਂ ਅੱਗੇ ਤਾਂ ਨਹੀਂ, ਲੇਕਿਨ ਇਹਨਾਂ ਕੋਲ ਬਹੁਤ ਜ਼ਿਆਦਾ ਪਰਖ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਜੀ ਜ਼ੁਬੈਰ ਭਾਈ, ਭਾਈ ਸੁਲੇਮਾਨ, ਮੈਂ ਬਾਬਾ ਜੀ ਨੂੰ ਮੈਂ ਬੜਾ ਲਾਈਕ ਕਰਨਾ ਵਾਂ ਜੀ, ਇਹਨਾਂ ਦੀਆਂ ਗੱਲਾਂ ਬਹੁਤ ਮੈਨੂੰ ਅੱਛੀਆਂ ਲੱਗਦੀਆਂ ਨੇ, ਮੈਂ ਇਹਨਾਂ ਦੀਆਂ ਮੂਵੀਆਂ ਸਾਰੀਆਂ ਦੇਖਦਾ ਵਾਂ ਜੀ। ਤੁਹਾਨੂੰ ਜ਼ੋਰ ਇਸ ਵਾਸਤੇ ਦਿੱਤਾ ਗਿਆ ਸੀ ਕਿ ਬਾਬਾ ਜੀ ਵੀ ਆਉਣ, ਸਾਡਾ ਸ਼ੋਅ ਕਰਨ, ਉਹਨਾਂ ਨੂੰ ਪਤਾ ਲੱਗੇ। ਉਹ ਮਤਲਬ ਜਦੋਂ ਵੀ ਮੈਂ ਵੀਡੀਓ ਦੇਖਦਾ ਵਾ ਨਾ, ਕਹਿੰਦੇ ਨੇ 50, 95, 97, 98, 100%, ਅਤੇ ਮੇਰਾ ਇੱਕ ਦਿਲ ਦੀ ਖਾਹਿਸ਼ ਸੀ ਕਿ ਬਾਬਾ ਜੀ ਮੇਰੇ ਕਬੂਤਰਾਂ ਦਾ, ਮੇਰੇ ਸਾਥ ਦੇ ਕਬੂਤਰਾਂ ਦਾ ਸ਼ੌਕ ਕਰਨ, ਦੁਨੀਆਂ ਨੂੰ ਦੱਸਣ ਕਿ ਭਾਈ ਇਹ 150% 'ਤੇ ਜਾ ਰਹੇ ਨੇ, 150% 'ਤੇ ਜਾ ਰਹੇ ਨੇ ਕਬੂਤਰ, ਠੀਕ ਹੈ ਜੀ। ਜੋ ਮੈਂ ਨੌਲੇਜ ਦੁਨੀਆਂ ਨੂੰ ਦਿੱਤਾ, ਜਿੰਨਾ ਮੈਂ ਨੌਲੇਜ ਅਮਜਦ ਅਲੀ ਫੀਚਰ ਚੈਨਲ 'ਤੇ ਬਹਿ ਕੇ ਮੈਂ ਦਿੱਤਾ, ਉਹ ਸਾਰਾ ਇੱਕ ਇੱਕ ਲਫ਼ਜ਼ ਸੱਚ ਦਿੱਤਾ, ਇੱਕ ਇੱਕ ਲਫ਼ਜ਼ ਸੱਚ ਦਿੱਤਾ, ਦੁਨੀਆਂ ਨੂੰ ਸ਼ਊਰ ਦਿੱਤਾ, ਕਬੂਤਰਬਾਜ਼ੀ ਬਾਰੇ ਦੱਸਿਆ, ਅੱਖ ਦੇ ਬਾਰੇ ਦੱਸਿਆ, ਪੜ ਦੇ ਬਾਰੇ ਹਰ ਚੀਜ਼ ਦੱਸੀ ਹੈ। ਕਬੂਤਰਬਾਜ਼ੀ ਸ਼ੁਰੂ ਵੀ ਅੱਖ 'ਤੇ ਹੁੰਦੀ ਹੈ ਅਤੇ ਮੁੱਕਦੀ ਵੀ ਅੱਖ 'ਤੇ, ਅੱਖ 'ਤੇ, ਬਿਲਕੁਲ ਸਹੀ ਜੀ। ਜਿਹੜਾ ਬੰਦਾ ਅੱਖ ਪੂਰੀ ਕਰ ਲਵੇਗਾ ਇਨਸ਼ਾਅੱਲਾ ਤਾਲਾ ਕਬੂਤਰਬਾਜ਼ੀ 'ਚ ਫੇਲ ਨਹੀਂ ਹੋਏ ਇਨਸ਼ਾਅੱਲਾ। ਅੱਛਾ, ਸ਼ੁਰੂ ਸਟਾਰਟ ਤੁਹਾਡੇ ਨਾਲ ਗੱਲਬਾਤ ਮੇਰੀ ਹੋਈ ਸੀ ਬਾਬਾ ਜੀ ਦੇ ਬਾਰੇ, ਤੁਸੀਂ ਕਿਹਾ ਯਾਰ ਮੈਨੂੰ ਥੋੜ੍ਹਾ ਜਿਹਾ ਨਾ ਬਾਬਾ ਜੀ ਤੇ ਥੋੜ੍ਹਾ ਲੱਗਦਾ ਯਾਰ ਇੰਜ ਤੇ ਇੰਜ, ਮੈਂ ਕਿਹਾ ਨਹੀਂ ਜਦੋਂ ਮਿਲੋਗੇ ਬਵੋਗੇ ਫਿਰ ਤੁਹਾਨੂੰ ਪਤਾ ਲੱਗੇਗਾ, ਲੇਕਿਨ ਵੈਸੇ ਵੀ ਫੋਨ ਤੇ ਵੀ ਮੈਂ ਤੁਹਾਨੂੰ ਸੈਟਲ ਸਫਾਈ ਕਰ ਦਿੱਤਾ ਸੀ ਬਿਲਕੁਲ ਬਾਬਾ ਜੀ ਦੀ ਤਰਫੋਂ, ਹਾਂਜੀ ਫੋਨ ਤੇ ਮੈਂ ਤੁਹਾਡੀ ਸੈਟਲ ਸਫਾਈ ਤੁਹਾਨੂੰ ਕਰ ਦਿੱਤਾ ਸੀ ਬਾਬਾ ਜੀ ਵੱਲੋਂ, ਲੇਕਿਨ ਹੁਣ ਤੁਸੀਂ ਮਜ਼ੀਦ ਮਿਲ ਗਏ। ਦੇਖੋ ਫੋਨ ਤੇ ਇੱਕ ਹੋਰ ਗੱਲਾਂ ਹੁੰਦੀਆਂ ਨੇ, ਜਦੋਂ ਬੰਦਾ ਡਾਇਰੈਕਟਲੀ ਮਿਲਦਾ ਨਾ ਕਿਸੇ ਨੂੰ ਫਿਰ ਹੋਰ ਗੱਲਾਂ ਹੁੰਦੀਆਂ ਨੇ। ਇਸ ਤਰ੍ਹਾਂ ਹੁਣ ਤੁਸੀਂ ਕੀ ਕਹਿੰਦੇ ਹੋ? ਮੈਂ ਸੈਟਿਸਫਾਈ ਹਾਂ ਬਾਬਾ ਜੀ ਵੱਲੋਂ, ਮਾਸ਼ਾਅੱਲਾ ਬਹੁਤ ਅੱਛੇ ਨੇ, ਅੱਲਾਹ ਤਾਲਾ ਨਾਲ ਜ਼ਿੰਦਗੀ ਸੇਧ ਦੇਵੇ ਜੀ, ਠੀਕ ਹੈ ਜੀ। ਬਹੁਤ ਅੱਛਾ ਨੌਲੇਜ ਇਹਨਾਂ ਕੋਲ, ਬਹੁਤ ਜ਼ਿਆਦਾ ਅੱਛਾ। ਦੇਖੋ ਜੀ, ਬਾਟਾ ਸਰਵਿਸ ਦੀ ਮੋਹਰ ਤਾਂ ਸਾਰੇ ਹੀ ਵੇਖ ਲੈਂਦੇ ਨੇ, ਮੈਂ ਮੇਰੀਆਂ ਗੱਲਾਂ ਖਰੀਆਂ ਹੁੰਦੀਆਂ ਨੇ, ਬਾਅਦ ਕਦ ਹਾਂਜੀ ਆ ਬੁਰੀਆਂ ਵੀ ਲੱਗ ਜਾਂਦੀਆਂ ਨੇ ਦੋਸਤਾਂ ਨੂੰ, ਬਾਟਾ ਸਰਵਿਸ ਦੀ ਮੋਹਰ ਸਾਰੇ ਹੀ ਵੇਖਦੇ ਨੇ, ਸਹੀ ਹੈ। ਉਹ ਚੀਜ਼ ਵੀ ਅੱਛੀ ਬਣੀ ਕਿ ਨਹੀਂ ਬਣੀ ਇਹ ਵੀ ਤਾਂ ਵੇਖੋ ਨਾ, ਗੱਲ ਤਾਂ ਹੈ ਨਾ। ਉਸਤਾਦ ਜੀ ਤੁਸੀਂ ਆਪ ਵੀ ਉਸਤਾਦ ਹੋ, ਤੁਹਾਡੇ ਕਬੂਤਰ ਵੀ ਉਸਤਾਦ ਨੇ, ਯਕੀਨ ਕਰੋ ਬਿਲਕੁਲ ਬੇਸ਼ੱਕ, ਕਬੂਤਰ ਵੀ ਉਸਤਾਦ ਬਣਾ ਦਿੰਦੇ ਬੰਦੇ ਨੂੰ, ਬੜੇ ਕਬੂਤਰ ਬਣਾਏ ਨੇ ਅਲਹਮਦੁਲਿਲਾ, ਉੜਦੇ ਨੇ ਜੀ ਮਾਸ਼ਾਅੱਲਾ, ਸਾਥ ਨਹੀਂ ਛੱਡਦੇ। ਅੱਛਾ ਫਿਰ ਇੱਕ ਪੁਆਇੰਟ ਮੁਕੰਮਲ ਇੰਤਹਾ ਕਰਤੀ, ਬਹੁਤ ਬਿਹਤਰੀਨ ਜੋ ਜ਼ੁਬੈਰ ਨੇ ਆਪਣੀ ਵੀਡੀਓ 'ਚ ਦੱਸਿਆ ਹੋਇਆ ਸੀ ਨਾ, ਇੱਕ ਕਬੂਤਰ 'ਚ ਕਮੀ ਨਹੀਂ, ਸਭ ਅੱਖਾਂ ਦਾ ਸਟਾਈਲ ਵੀ ਬਿਹਤਰੀਨ, ਪਰਾਂ ਦਾ ਸਟਾਈਲ ਵੀ ਬਿਹਤਰੀਨ, ਸਾਰਾ ਮੈਂ ਚੈੱਕ ਕੀਤਾ ਇਹਨਾਂ ਦਾ, ਕਿਆ ਕਿਆ ਬਾਤ ਹੈ ਇਹਨਾਂ ਦੇ ਕਬੂਤਰਾਂ ਦੀ, ਮਜ਼ਾ ਆ ਗਿਆ, ਮੇਰੇ ਦਿਲ ਦੀ ਤਮੰਨਾ ਪੂਰੀ ਹੋ ਗਈ। ਦੋਸਤੋ ਕਬੂਤਰ ਜਿੰਦੀਆਂ ਪਾਕਿਸਤਾਨ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਅੱਗੇ ਦੋਸਤਾਂ ਨਾਲ ਸ਼ੇਅਰ ਕਰੋ, ਮਜ਼ੀਦ ਅੱਗੇ ਤੋਂ ਅੱਗੇ ਦੋਸਤਾਂ ਨਾਲ ਸ਼ੇਅਰ ਕਰਦੇ ਜਾਓ। ਕਬੂਤਰ ਜਿੰਦੀਆਂ ਪਾਕਿਸਤਾਨ, ਪਾਕਿਸਤਾਨ ਦਾ ਮੋਹਤਬਰ ਚੈਨਲ, ਠੀਕ ਹੈ ਜੀ। ਅੱਗੇ ਚਲੋ ਜੀ ਜ਼ੁਬੈਰ ਸਾਹਿਬ, ਜ਼ੁਬੈਰ ਸਾਹਿਬ ਤੋਂ ਕੀ ਪੁੱਛਣਾ, ਜੋ ਪੁੱਛਦੇ ਦੱਸ ਦਿੰਦੇ ਜ਼ੁਬੈਰ, ਦੱਸੋ ਕਬੂਤਰਬਾਜ਼ੀ ਦੇ ਹਵਾਲੇ ਨਾਲ ਕੋਈ ਗੱਲਾਂ ਕਰੋ, ਕਿਉਂਕਿ ਮਜ਼ਾ ਆ ਰਿਹਾ, ਮਜ਼ਾ ਆ ਰਿਹਾ, ਲੋਕੀ ਦੇਖਣ ਉਹਨਾਂ ਨੂੰ ਫਾਇਦਾ ਹੋਏ।
ਮੈਂ ਮੇਰਾ ਇਹ ਕੰਮ ਹੈ ਕਿ ਦੋਸਤਾਂ ਨੂੰ ਫਾਇਦਾ ਹੋਏ ਬਸ ਬਿਲਕੁਲ ਕਿਉਂ ਜੀ ਅੱਛਾ ਜੀ ਭਾਈ ਸੁਲੇਮਾਨ ਗੱਲ ਪਤਾ ਕੀ ਹੈ ਗੱਲ ਐਸੇ ਨਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਕਬੂਤਰ ਅੱਛੇ ਅੱਛੇ ਬਣਾਉਣ ਠੀਕ ਹੋ ਗਿਆ ਅੱਛੇ ਅੱਛੇ ਕਬੂਤਰ ਬਣਾਉਣ ਉਹਨਾਂ ਨੂੰ ਪਰਖ ਥੋੜ੍ਹੀ ਜਾਣੀ ਚਾਹੀਦੀ ਹੈ ਓਕੇ ਪੈਸਾ ਅਗਰ ਬੰਦੇ ਕੋਲ ਹੋਵੇ ਪੈਸਾ ਹੋਵੇ ਤੇ ਅਗਰ ਪਰਖ ਨਾ ਹੋਵੇ ਤਾਂ ਪੈਸੇ ਭਰਦਾ ਕੋਈ ਫਾਇਦਾ ਨਹੀਂ ਹੈਗਾ ਬਿਲਕੁਲ ਸਹੀ ਲੋਕ ਕਹਿੰਦੇ ਨੇ ਪੈਸੇ ਨਾਲ ਜਾਂ ਤਲਕ ਨਾਲ ਕਬੂਤਰ ਬਣ ਜਾਂਦੇ ਨੇ ਤਲਕ ਨਾਲ ਜ਼ਰੂਰੀ ਕਿ ਅਕਲਮੰਦ ਹੋਣਾ ਜ਼ਰੂਰੀ ਹੈ ਪਰਖ ਹੋਣੀ ਜ਼ਰੂਰੀ ਹੈ ਬਿਲਕੁਲ ਸਹੀ ਅਗਰ ਬੰਦਾ ਪੈਸੇ ਭਰਦਾ ਹੈ ਤੇ ਪਰਖ ਨਾ ਹੋਵੇ ਖੋਤੇ ਘੋੜੇ ਦੀ ਪਹਿਚਾਣ ਹੋਣੀ ਚਾਹੀਦੀ ਹੈ ਖੋਤਾ ਕੀ ਤੇ ਘੋੜਾ ਕੀ ਬਾਟਾ ਸਰੋਜ ਦੀ ਮੋਹਰ ਨਾ ਦੇਖਣ ਥੋੜਾ ਜਿਹਾ ਸ਼ੋਰ ਥੋੜੀ ਜਿਹੀ ਪਹਿਚਾਣ ਰੱਖਣ ਕਿ ਕਬੂਤਰ ਅੱਛਾ ਕੀ ਹੈ ਕਬੂਤਰ ਵੱਧ ਕੀ ਹੈ ਬੇਨਸਲੀ ਕਬੂਤਰ ਕੀ ਹੈ ਨਸਲਦਾਰ ਕਬੂਤਰ ਕੀ ਹੈ ਸਾਰੀ ਚੀਜ਼ਾਂ ਹੋਣੀਆਂ ਚਾਹੀਦੀਆਂ ਪਰ ਲੋਕ ਇਹ ਚੀਜ਼ ਨਹੀਂ ਦੇਖਦੇ ਹੁਣ ਦੇਖਦੇ ਨੇ ਕ੍ਰਾਸ ਲੱਗ ਗਏ ਨੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਲਾਲ ਖਾਂ ਵਾਲੇ ਕਬੂਤਰ ਕਦੋਂ ਸੀ ਕਾਲੀਆਂ ਨੋਕਾਂ ਦੇ ਕਦੋਂ ਸੀ ਕਾਲੀਆਂ ਨੋਕਾਂ ਦੇ ਕਾਲੀਆਂ ਹੋਣ ਨੀਲੀਆਂ ਹੋਣ ਪੀਲੀਆਂ ਹੋਣ ਮੈਂ ਨੀ ਇਹਨਾਂ ਦੇ ਬਿਲੀਵ ਕਰਦਾ ਲੱਤ ਜਿਹੜੀ ਮਰਜ਼ੀ ਹੋਵੇ ਲੇਕਿਨ ਖੁਸ਼ਕ ਹੋਣੀ ਚਾਹੀਦੀ ਹੈ ਬਰੀਕ ਹੋਣੀ ਚਾਹੀਦੀ ਤੇ ਬਰੀਕ ਹੋਵੇ ਇਹਨਾਂ ਸਾਰੇ ਕਬੂਤਰਾਂ 'ਚ ਯਾਨੀ ਕਿ ਪੁਆਇੰਟ ਜਿਹੜੇ ਨੇ ਨਾ ਜੋ ਜ਼ੁਬੈਰ ਸਾਹਿਬ ਨੇ ਪੂਰੀ ਦੁਨੀਆ ਨੂੰ ਦੱਸਿਆ ਨਾ ਪੂਰੇ ਇਹਨਾਂ ਦੇ ਆਪਣੇ ਕਬੂਤਰਾਂ 'ਚ ਮੁਕੰਮਲ ਹੀ ਨੇ ਮੈਂ ਬੜੀ ਕੋਸ਼ਿਸ਼ ਕੀਤੀ ਕੱਢਣ ਦੀ ਕਿ ਕੋਈ ਆ ਜਾਏ ਨਹੀਂ ਪੁਆਇੰਟ ਇਹਨਾਂ ਪੂਰੇ ਦਿੱਤੇ ਨੇ ਬਹੁਤ ਮਜ਼ਾ ਆਇਆ ਇੰਤਹਾ ਦਾ ਇਹਨਾਂ ਨੂੰ ਨਵੀਆਂ ਬਰੀਡਾਂ ਬਣਾਉਣੀਆਂ ਨੇ ਦੱਸ ਰਹੇ ਹੋ ਵਾਕਈ ਉਹ ਬਰੀਡਾਂ ਸ਼ਾਇਦ ਹੀ ਕਿਸੇ ਕੋਲ ਹੋਣ ਅੱਛਾ ਅੱਛਾ ਪਟ ਸਾਹਿਬ ਸਾਜੀ ਆ ਤੁਹਾਡੇ ਕੋਲ ਪੁੱਛਾਂਗੇ ਮਾਸ਼ਾਅੱਲਾ ਤੁਹਾਡਾ ਰੇਟ ਤੇ ਮੈਂ ਬਾਅਦ ਚ ਕਰ ਲਾਂਗਾ ਉਹਨਾਂ ਨੂੰ ਬਾਅਦ ਚ ਕਰ ਲਾਂਗਾ ਅੱਛਾ ਰੇਟ ਵੀ ਤੁਹਾਡੇ ਬੜੇ ਮੁਨਾਸਬ ਨੇ ਮੈਂ ਇਹਦੇ ਚ ਨਹੀਂ ਵਾਅਦਾ ਕਰ ਸਕਦਾ 100 ਬੰਦੇ ਦੀ ਕਰਨੀ ਨਹੀਂ ਗੱਲ 100 ਬੰਦੇ ਦੀ ਪ੍ਰਾਈਵੇਸੀ ਹੁੰਦੀ ਹੈ ਰੇਟ ਤੁਹਾਡੇ ਬੜੇ ਮੁਨਾਸਬ ਨੇ ਜਿਹੜੇ ਮੇਰੇ ਤੱਕ ਪਹੁੰਚੇ ਨੇ ਲੇਕਿਨ ਕਬੂਤਰ ਹਰ ਇੱਕ ਨੂੰ ਅੱਛਾ ਦਿੱਤਾ ਬਹੁਤ ਹੀ ਅੱਛਾ ਜੋ ਲੱਗਿਆ ਹੈ ਹੀ ਅੱਛੇ ਨੇ ਜਿੱਥੇ ਵੀ ਅੱਜ ਤੱਕ ਗਏ ਨੇ ਕੋਈ ਲਾਮਾ ਨਹੀਂ ਹੈਗਾ ਇਹ ਹੀ ਦਿੱਤੇ ਨੇ ਹਾਏ 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 ਲੱਗੋ ਕਿਸਮਤ ਤੁਹਾਡੀ ਜਿਹੜੀ ਆਪਣੀ ਛੱਤ ਤੇ ਡਾਂਦੇ ਉਹੀ ਮੈਂ ਥੋੜਾ ਜਿਹਾ ਕਦੀ ਵੀ ਨਹੀਂ ਬੇਈਮਾਨੀ ਕੀਤੀ ਦਿਖਾਓ ਕੁਛ ਤੇ ਦਿਓ ਕੁਛ ਹਾਂ ਇਹ ਨਹੀਂ ਹੋਣਾ ਚਾਹੀਦਾ ਸਹੀ ਹੋ ਗਿਆ ਜੋ ਹੈ ਇਹਨਾਂ ਦੇ ਬੱਚੇ ਨੇ ਅਸੀਂ ਤੁਹਾਨੂੰ ਪੂਰੀ ਸਪੋਰਟ ਕਰਾਂਗੇ ਅੱਲਾ ਦੀ ਕਸਮ ਪਤਾ ਕੀ ਚੀਜ਼ ਹੈਗੀ ਹੈ ਜਿਹੜਾ ਅੱਛਾ ਵੇ ਔਰ ਮੁਖਲਸ ਹੈ ਉਹ ਸਾਡਾ ਦੋਸਤ ਹੈ ਜਿਵੇਂ ਤੁਸੀਂ ਕਹਿੰਦੇ ਹੋ ਨਾ ਕਿ ਮੇਰਾ ਉਹ ਦੋਸਤ ਨਹੀਂ ਹੋ ਸਕਦਾ ਇਵੇਂ ਸਾਡਾ ਵੀ ਨਹੀਂ ਉਹ ਦੋਸਤ ਅਸੀਂ ਵੀ ਸੱਚੇ ਬੰਦੇ ਅਸੀਂ ਸੱਚੇ ਬੰਦੇ ਦੇ ਕਾਇਲ ਹਾਂ ਜਿਹੜਾ ਸੁਣਿਓ ਸੋਨੇ ਦੀ ਚੇਨ ਪਾ ਕੇ ਤੇ ਰਾਡੋ ਘੜੀ ਬੰਨ ਕੇ ਤੇ ਮੁੱਛਾਂ ਵੱਡੀਆਂ ਰੱਖ ਕੇ ਤਾਲ ਆ ਕੇ ਬੰਦਾ ਭਾਈ ਬਣ ਜਾਂਦਾ ਹਾਏ 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 ਦਈ 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 ਭਾਈ ਬੰਦਾ ਜ਼ੁਬਾਨ ਨਾਲ ਕਰਦਾਰ ਨਾਲ ਤੁਹਾਡਾ ਕਰਦਾਰ ਅੱਛਾ ਹੋਵੇ ਜ਼ੁਬਾਨ ਦੇ ਪੱਕੇ ਹੋਵੋ ਤੁਸੀਂ ਭਾਈ ਹੋ ਕੋਈ ਜ਼ਰੂਰੀ ਕਾਟਨ ਦਾ ਸੂਟ ਪਾਇਆ ਹੋਵੇ ਜਾਂ ਬੋਸਕੀ ਪਾਈ ਹੋਵੇ ਫਿਰ ਤੁਸੀਂ ਭਾਈ ਹੋ ਹਾਂਜੀ ਬਿਲਕੁਲ ਸਹੀ ਬਾਬਾ ਜੀ ਹਾਂਜੀ ਬਿਲਕੁਲ ਸਹੀ ਬੜੀ ਗੱਲ ਭਾਈ ਕਰਦਾਰ ਨਾਲ ਬੰਦਾ ਜ਼ੁਬਾਨ ਨਾਲ ਬੰਦਾ ਬਸ ਅੱਛਾ ਨੰਬਰ ਸ਼ੇਅਰ ਕਰੋ ਆਪਣਾ ਜ਼ਰਾ ਉਹ ਨੰਬਰ ਸੁਲੇਮਾਨ ਮੈਂ ਮੇਰੇ ਉਸਤਾਦ ਦੀ ਮੇਰੇ ਤੇ ਬੜੀ ਮਿਹਰਬਾਨੀ ਹੈ ਬੜਾ ਕਰਮ ਹੈ ਮੇਰੇ ਉਸਤਾਦ ਮੋਹਤਰਮ ਨੇ ਮੈਨੂੰ ਜਿਸ ਤਰ੍ਹਾਂ ਬੱਚੇ ਨੂੰ ਸਿਖਾਈਦਾ ਨਾ ਇਸ ਤਰ੍ਹਾਂ ਮੈਨੂੰ ਸਿਖਾਇਆ ਮਾਸ਼ਾਅੱਲਾ 2009 ਦੇ ਜਿਵੇਂ ਸ਼ਾਗਿਰਦ ਬੈਠਾ ਸੀ ਠੀਕ ਹੈ ਜੀ ਅੱਜ 2024 ਜਾ ਰਿਹਾ ਇਕੱਠੇ ਹੀ ਅਸੀਂ ਮੈਂ ਇਕੱਠੇ ਹੀ ਮੈਂ ਆਪਣੇ ਉਸਤਾਦ ਦੇ ਨਾਲ ਹਾਂ ਮੇਰੇ ਉਸਤਾਦ ਨੇ ਮੇਰੇ ਬਾਪ ਨੇ ਮੈਂ ਉਹਨੂੰ ਆਪਣੀ ਬਾਪ ਦੀ ਜਗ੍ਹਾ ਤੇ ਮੰਨਦਾ ਹਾਂ ਵੈਰੀ ਗੁੱਡ ਵੈਰੀ ਗੁੱਡ ਤੇ ਮੇਰੇ ਉਸਤਾਦ ਮੋਹਤਰਮ ਨੇ ਜੋ ਜੋ ਮੈਨੂੰ ਇਲਮ ਦਿੱਤਾ ਹੈ ਜੋ ਜੋ ਮੈਨੂੰ ਇਲਮ ਸਿਖਾਇਆ ਮੈਂ ਦੁਨੀਆ ਤੇ ਵੰਡਣ ਦੀ ਕੋਸ਼ਿਸ਼ ਕੀਤੀ ਹੈ ਯਾਨੀ ਕਿ ਨਹੀਂ ਕੀਤੀ ਪਰ ਦੁਨੀਆ ਨਾ ਸਮਝੇ ਮੈਂ ਕੀ ਕਰ ਸਕਦਾ ਹਾਏ 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 ਨਹੀਂ ਮੈਂ ਬਸ ਇਹਨਾਂ ਨਾਲ ਥੋੜ੍ਹਾ ਜਿਹਾ ਨਾਰਾਜ਼ ਹੋਇਆ ਸੀ ਅੱਛਾ ਮੈਂ ਕਿਹਾ ਤੇਰੀਆਂ ਗੱਲਾਂ ਲੋਕਾਂ ਦੀ ਸਮਝ 'ਚ ਨਹੀਂ ਆਉਣੀਆਂ ਆਪਣੀਆਂ ਗੱਲਾਂ ਲੋਕਾਂ ਦੀ ਸਮਝ 'ਚ ਨਹੀਂ ਆਉਣਾ ਆਉਣੀਆਂ ਇਹ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਨਾ ਲੋਕ ਗਲਤ ਕਮੈਂਟਸ ਕਰਨਗੇ ਬੜਾ ਕੁਛ ਕਰਨਗੇ ਕਰਦੇ ਨੇ ਜਿਵੇਂ ਸਾਡੇ ਨਾਲ ਹੋ ਰਿਹਾ ਕਰਦੇ ਨੇ ਨਹੀਂ ਨਹੀਂ ਮੈਂ ਬਿਲਕੁਲ ਕਰਦੇ ਨੇ ਮੇਰੀ ਜ਼ੁਬੈਰ ਸਾਹਿਬ ਨਾਲ ਸਿਰਫ ਮੈਂ ਵੀਡੀਓ ਇਹਨਾਂ ਦੀ ਸਾਰੀਆਂ ਦੇਖੀਆਂ ਤੇ ਮੈਂ ਜ਼ੁਬੈਰ ਸਾਹਿਬ ਨੂੰ ਜਾਣਦਾ ਇਹਨਾਂ ਉਸਤਾਦ ਨਾਲ ਤੇ ਹੁਣ ਮੁਲਾਕਾਤ ਹੋਈ ਤੇ ਮੁਲਾਕਾਤ ਹੋਣੀ ਹੋਈ ਲੇਕਿਨ ਵੀਡੀਓ ਸਾਰੀ ਮੇਰਾ ਇਹਨਾਂ ਦੀ ਦੇਖੀ ਠੀਕ ਹੋ ਗਿਆ ਇਹਨਾਂ ਜੋ ਵੀਡੀਓ 'ਚ ਗੱਲਾਂ ਕੀਤੀਆਂ ਨੇ ਨਾ ਜੋ ਵੀ ਉਹ ਬਹੁਤ ਬਿਹਤਰੀਨ ਸਨ ਇਹਨਾਂ ਦੇ ਸਾਰੇ ਕਬੂਤਰਾਂ 'ਚੋਂ ਹੀ ਪਾਈ ਜਾਂਦੇ ਨੇ ਤੁਸੀਂ ਅੱਗੇ ਸਵਾਲ ਕੀਤਾ ਅੱਛੇ ਕਬੂਤਰ ਉਹ ਹੈ ਹੀ ਅੱਛੇ ਨੇ ਅਤੇ ਦੇਣੇ ਹੀ ਨੇ ਇਹ ਹੀ ਨੇ
ਉਹ ਸਾਰੇ ਹੀ ਅੱਛੇ ਕਬੂਤਰ ਨੇ ਹੈ। ਜ਼ੁਬੈਰ ਸਾਹਿਬ ਦੇ ਜਿੰਨੇ ਪੁਆਇੰਟ ਬਿਹਤਰੀਨ ਪੁਆਇੰਟ ਨੇ, ਦੁਨੀਆਂ ਦੇ ਬਿਹਤਰੀਨ ਪੁਆਇੰਟ ਨੇ, ਅੱਛੇ ਪੁਆਇੰਟ ਨੇ, ਉਹ ਇਹਨਾਂ ਦੇ ਕਬੂਤਰਾਂ ਪਾ ਦਿੰਦੇ ਨਾ, ਭੈੜਾ ਕਿਹੜਾ ਦੇਣਾ। ਅੱਛਾ ਦੋਸਤੋ, ਯਾਰ ਕਈਆਂ ਦੇ ਦੋਸਤਾਂ ਦੇ ਜ਼ਿਹਨ 'ਚ ਹੁੰਦਾ ਕਿ ਯਾਰ ਇਹਨਾਂ ਨੂੰ ਪਤਾ ਨਹੀਂ ਕਿਉਂ ਕੋਈ ਲਾਲਚ ਤਾਂ ਨਹੀਂ ਹੈਗਾ ਸਾਨੂੰ ਲਾਲਚ, ਮੈਨੂੰ ਲਾਲਚ ਕੀ ਹੈ, ਮੈਂ ਦੱਸ ਦਿੰਦਾ ਜੀ ਹੈ ਮੈਨੂੰ ਲਾਲਚ, ਮੈਨੂੰ ਹੈ ਲਾਲਚ। ਪਤਾ ਕਿਉਂ ਮੈਂ ਗੱਲ ਕਰਨਾ ਖਰੀ ਅਤੇ ਸਿੱਧੀ, ਮੈਨੂੰ ਲਾਲਚ ਇਹ ਵੇ ਕਿ ਜਿਹੜੇ ਮੈਨੂੰ ਵਿਚਾਰੇ ਬਾਹਰ ਬਹਿ ਕੇ ਦੋਸਤ ਜਾਂ ਕਈ ਜਗ੍ਹਾ 'ਤੇ ਬੈਠ ਕੇ ਦੋਸਤ ਫੋਨ ਕਰਦੇ ਨੇ, ਉਹਨਾਂ ਨੂੰ ਕਬੂਤਰ ਅੱਛੇ ਬਾਹਰੋਂ ਨਹੀਂ ਲੱਭਦੇ, ਮੈਂ ਉਹਨਾਂ ਨੂੰ ਅੱਛੇ ਕਬੂਤਰ ਇੱਥੋਂ ਅਗਰ ਲੱਭ ਜਾਣ ਤਾਂ ਮੈਨੂੰ ਇਹ ਲਾਲਚ ਹੈ ਕਿ ਉਹਨਾਂ ਨੂੰ ਅੱਛੇ ਕਬੂਤਰ ਮਿਲ ਜਾਣ, ਮਿਲ ਜਾਣ, ਠੀਕ ਹੈ ਨਾ। ਮੈਨੂੰ ਇਹਨਾਂ ਕੋਲ ਲਾਲਚ ਹੈ, ਮੈਨੂੰ ਪੈਸਿਆਂ ਦਾ ਕਿਸੇ ਕੋਲ ਲਾਲਚ ਨਹੀਂ, ਨਾ ਜ਼ੁਬੈਰ ਕੋ, ਨਾ ਭੱਟੀ ਸਾਹਿਬ ਕੋ, ਨਾ ਜਿਹੜਾ ਬੰਦਾ ਮੇਰਾ ਦੋਸਤ, ਜਿਹੜਾ ਦੋਸਤ ਮੈਨੂੰ ਫੋਨ ਕਰਦਾ ਮੈਨੂੰ ਉਹਦੇ ਕੋਲ ਵੀ ਕੋਈ ਲਾਲਚ ਨਹੀਂ। ਮੈਂ ਉਹਦਾ ਰਿਕਾਰਡ ਕਹਿ ਰਿਹਾ, ਮੈਨੂੰ ਨਾ ਕਬੂਤਰ ਵੇਚਣ ਦਾ ਸ਼ੌਕ ਹੈ, ਨਾ ਮੈਨੂੰ ਖਰੀਦਣ ਦਾ ਸ਼ੌਕ ਹੈ, ਨਾ ਮੈਂ ਕਿਸੇ ਦੀ ਛੱਤ ਤੋਂ ਫਰੀ ਕਬੂਤਰ ਖੜਨਾ, ਇਹਨਾਂ ਕੋਲ ਵੀ ਮੈਨੂੰ ਫਰੀ ਕਬੂਤਰ ਖੜਨ ਦਾ ਕੋਈ ਸ਼ੌਕ ਨਹੀਂ, ਇੱਕ ਪਰ ਤੱਕ ਵੀ ਮੈਨੂੰ ਸ਼ੌਕ ਇੰਨਾ ਕੁ ਵੀ ਜਿਹੜੇ ਮੇਰੇ ਦੋਸਤ ਮੈਨੂੰ ਫੋਨ ਕਰਦੇ ਨੇ, ਠੀਕ ਹੈ, ਉਹਨਾਂ ਨੂੰ ਕਬੂਤਰ ਅੱਛੇ ਮਿਲ ਜਾਣ, ਠੀਕ ਹੈ, ਅਸ਼ਰਫ ਭੱਟੀ ਸਾਹਿਬ ਦੀ ਛੱਤ ਤੋਂ ਕਸੂਰ 'ਚੋਂ, ਠੀਕ ਹੈ, ਜ਼ੁਬੈਰ ਦੀ ਛੱਤ ਤੋਂ, ਜ਼ੁਬੈਰ ਕਸੂਰ ਵਾਲੇ ਛੱਤ ਤੋਂ, ਠੀਕ ਹੈ, ਇਹਨਾਂ ਤੋਂ ਅੱਛੇ ਕਬੂਤਰ ਮੇਰੇ ਦੋਸਤਾਂ ਨੂੰ ਮਿਲ ਜਾਣ, ਮੈਨੂੰ ਇਹਨਾਂ ਕੋਲ ਲਾਲਚ ਬਸ। ਇਸ ਤੋਂ ਅੱਗੇ ਜ਼ੁਬੈਰ ਸਾਹਿਬ ਜੋ ਵੀ ਕਹਿ ਸਕਦੇ ਨੇ ਇਹ ਕਹਿਣਗੇ, ਕਿਉਂਕਿ ਇਹਨਾਂ ਨੂੰ ਮੈਂ ਇੱਕ ਦੋ ਡੀਲ ਕਰਾਈ ਹੈ, ਠੀਕ ਹੈ। ਰਾਤੀਂ ਵੀ ਇੱਕ ਮੇਰਾ ਦੋਸਤ ਦਾ ਮੈਨੂੰ ਫੋਨ ਆਇਆ ਸੀ, ਮੈਨੂੰ ਨਾ ਭੁੱਲ ਗਿਆ ਉਹਦਾ, ਠੀਕ ਹੈ, ਉਹਨੇ ਕਿਹਾ ਯਾਰ ਮੈਨੂੰ ਅੱਛੇ ਕਬੂਤਰ ਲੈ ਕੇ ਦਿਓ। ਮੈਂ ਕਿਹਾ ਮੈਂ ਹਾਲੇ ਕਬੂਤਰ ਨਹੀਂ ਦੇਖੇ, ਮੈਂ ਜ਼ੁਬੈਰ ਸਾਹਿਬ ਗੱਲ ਸਹੀ ਕਰ ਰਿਹਾ, ਮੈਂ ਕਿਹਾ ਮੈਂ ਕਬੂਤਰ ਨਹੀਂ ਦੇਖੇ, ਠੀਕ ਹੈ, ਜਦੋਂ ਮੈਂ ਲਾਈਫ ਜਾ ਕੇ ਕਬੂਤਰ ਦੇਖਾਂਗਾ ਫਿਰ ਮੈਂ ਤੁਹਾਨੂੰ ਦੱਸਾਂਗਾ ਕਬੂਤਰ ਫਲਾਂ ਜਗ੍ਹਾ 'ਤੇ ਅੱਛੇ ਹੈਗੇ ਨੇ। ਔਰ ਉਹ ਹੀ ਦੋਸਤ ਮੈਨੂੰ ਅੱਜ ਫੋਨ ਕਰ ਲਏ, ਬਲਕਿ ਮੈਨੂੰ ਕੀ ਕਰੇ, ਜ਼ੁਬੈਰ ਨੂੰ ਕਰੇ ਫੋਨ, ਠੀਕ ਹੈ, ਭੱਟੀ ਸਾਹਿਬ ਨੂੰ ਕਰੇ ਫੋਨ, ਇਹਨਾਂ ਕੋਲ ਆ ਕੇ ਕਬੂਤਰ ਲੈ ਲਏ। ਨਹੀਂ, ਬਲਕਿ ਮੈਨੂੰ ਨਾ ਮੇਰੇ ਪਿੱਛੇ ਬੜੇ ਦੋਸਤ ਮੇਰੇ ਨਹੀਂ ਉਹ ਗੱਲ ਨਹੀਂ, ਪਤਾ ਕੀ ਚੀਜ਼ ਹੈਗੀ ਹੈ, ਮੇਰੇ ਦੋਸਤ ਬੜੇ ਮੇਰੇ ਕੋਲ ਮੰਗਦੇ ਨੇ, ਮੈਂ ਕਿਸੇ ਕੋਲ ਹੋਰ, ਮੈਨੂੰ ਮੈਂ ਜਿੱਥੇ ਦੇਖਾਂਗਾ ਕਬੂਤਰ ਅੱਛੇ ਮੈਂ ਉਹਨਾਂ ਦੀ ਗਰੰਟੀ ਦੇ ਸਕਦਾ, ਮੈਂ ਹੋਰ ਕਿਸੇ ਦੀ ਗਰੰਟੀ ਨਹੀਂ ਦੇ ਸਕਦਾ। ਔਰ ਤੁਹਾਡੇ ਕੋਲ ਮੈਂ ਹਲਫ ਲਾਵਾਂਗਾ ਕਿ ਤੁਸੀਂ ਕਬੂਤਰ ਅੱਛੇ ਦੇਣੇ ਨੇ। ਨਹੀਂ ਹੈ ਹੀ ਅੱਛੇ ਨੇ, ਇਹ ਕਬੂਤਰ ਮੈਂ ਗਰੰਟੀ, ਮੇਰੀ ਗੱਲ ਸੁਣੋ ਨਾ, ਵੇਖੋ ਨਾ, ਕਬੂਤਰ ਅੱਛੇ ਦੇਣਗੇ, ਮੇਰੀ ਗਰੰਟੀ ਹੈ, ਕਬੂਤਰ ਇਹਨਾਂ ਕੋਲ ਹੈ ਹੀ ਅੱਛੇ ਜੇ, ਅੱਛੇ ਕਬੂਤਰ ਇਹਨਾਂ ਕੋਲ ਮਿਲਣਗੇ। ਬਾਬਾ ਜੀ ਕਈ ਭਾਈ ਜਾਨ, ਇੱਕ ਮੈਂ ਤੁਹਾਡੀ ਗੱਲ ਟੋਕਣ ਲੱਗਾ, ਉਹ ਤੁਸੀਂ ਆਪੇ ਕਰ ਦੇਣੀ, ਸਾਡੀ ਨੀਅਤ ਦੇ ਵਿੱਚ ਫਾਲਟ ਨਹੀਂ ਹੋ ਸਕਦਾ, ਅੱਗੋ ਨਸੀਬ ਤੁਹਾਡੇ ਨੇ, ਨਸੀਬ ਇਹ ਬਾਬਾ ਜੀ, ਹਾਂ ਸਾਡੇ ਕੋਲ ਜੋ ਲੱਗਿਆ ਸੀ ਇਹਨਾਂ ਦੇ ਹੀ ਬੱਚੇ ਦੇਣੇ ਨੇ, ਅੱਗੋ ਕਿਸਮਤ ਤੁਹਾਡੀ ਹੈ ਜੀ। ਹਾਂ ਬਾਬਾ ਜੀ ਬਿਲਕੁਲ ਸਹੀ, ਇਹ ਬੜੀ ਅੱਛੀ ਗੱਲ ਹੈ ਨਾ। ਅੱਜ ਤੀਕਰ ਵੇਖੋ ਜੀ ਮੈਨੂੰ 20 ਫੋਨ, 20 ਕੀ ਕਿੰਨੇ ਵੜੀ ਹੋਇਆ, ਐਸਾ ਚਾਂਸ ਹੋਏ ਨੇ, ਦੋਸਤ ਮੰਗਦੇ ਨੇ, ਬੱਚੇ ਨਹੀਂ ਹੁੰਦੇ, ਮੀਆਂ ਨਹੀਂ ਹੈਗੇ, ਮੈਂ ਸਾਈਡਾਂ ਤੋਂ ਇਕੱਠੇ ਕਰਕੇ ਦਾਂ, ਮੈਂ ਨਹੀਂ ਦੇਣੇ, ਬਹੁਤ ਅੱਛੇ ਮੇਰੇ ਘਰ ਹੈਗੇ ਨਾ ਤੇ ਮੈਂ ਦੇਣੇ, ਇਹ ਗੱਲ ਹੋਣੀ ਚਾਹੀਦੀ ਹੈ, ਜਿਹੜੀ ਮੈਂ ਉਹਨਾਂ ਦਾ ਜ਼ਿੰਮੇਵਾਰ ਹਾਂ, ਇਹ ਮੈਂ ਗੱਲ ਕਰਨ ਲੱਗਾ ਸਾਹਿਬ, ਤੁਸੀਂ ਆਪ ਕਰ ਦਿੱਤੀ, ਮੈਂ ਉਹਨਾਂ ਦਾ ਜ਼ਿੰਮੇਵਾਰ ਹਾਂ। ਕਈ ਦੋਸਤ ਨਾ ਮੇਰੇ ਕਰਦੇ ਨੇ, ਮਿਸਾਲ ਦੇ ਤੌਰ ਮੈਨੂੰ ਹੀ ਫੋਨ ਕਰ ਲੈਣਾ, ਕਈਆਂ ਉਸਤਾਦਾਂ ਨੂੰ ਕਰਦੇ ਨੇ, ਉਹਨਾਂ ਕੋਲ ਕਬੂਤਰ ਅਗਰ ਹੈ ਹੀ ਨਹੀਂ ਤੇ ਉਹ ਦੂਜੇ ਇਧਰੋਂ ਉਧਰੋਂ ਫੜ ਕੇ ਦੇ ਦਿੰਦੇ, ਤੁਹਾਡੇ ਉਹਦੇ ਚੰਗੇ ਕਿੱਦਾਂ ਟੁਰ ਗਏ, ਮੈਂ ਇਹ ਵੀ ਚੀਜ਼ ਨਾ, ਨਹੀਂ ਫਰਜ਼ ਕਰੋ ਘਰ ਨਹੀਂ ਭਲੇ ਹੋਏ ਬੱਚੇ, ਘੱਟ ਭਲੇ ਨੇ, ਅਗਲੇ ਨੇ 50 ਮੰਗੇ ਨੇ, ਆਪਣੇ ਕੋਲ 10 ਨੇ, 40 ਸਾਈਡਾਂ ਤੋਂ ਇਕੱਠੇ ਕਰਕੇ ਕੀ ਕਰਦੇ ਨੇ, ਇਹੋ ਹੀ ਮੈਂ ਦੱਸਦਾ, 95% ਚ ਹੁੰਦਾ ਜੇ, ਮੈਂ ਤੇ ਇਹੋ ਹੀ ਗੱਲ ਦੇ ਮੈਂ ਤਾਈਦ ਕਰ ਰਿਹਾ, ਅਸੀਂ ਅੱਜ ਤੱਕਰ ਨਹੀਂ ਐਵੇਂ ਕੀਤਾ, ਅਸੀਂ ਆਪਣੇ ਹੀ ਪੜ ਦਿੱਤਾ, ਆਪਣੇ ਕੋਲ ਹੈ ਨੇ ਤੇ ਦੇਤੇ ਨੇ, ਵਰਨਾ ਜਵਾਬ ਦੇ ਦਿੱਤਾ ਅੱਲਾ ਦੇ ਹੁਕਮ ਨਾਲ। ਵੈਰੀ ਗੁੱਡ। ਔਰ ਕਈ ਦੋਸਤਾਂ ਨੇ ਕਸੂਰ ਦੇ ਮੇਰੇ ਦੋਸਤ ਨੇ, ਉਹਨਾਂ ਨੂੰ ਉਲਾਮਾ ਵੀ ਦਿੱਤੇ ਨੇ, ਯਾਨੀ ਕਿ ਸ਼ਿਕਵਾ ਕੀਤਾ ਹੈ ਕਿ ਉਹਨਾਂ ਕੋਲ ਤਾਂ ਟਾਈਮ ਹੀ ਨਹੀਂ ਹੈਗਾ, ਲੋ ਟਾਈਮ ਉਹਨੂੰ ਕਿੱਥੋਂ, ਇੱਕ ਮੁਰਗੀ ਥੋੜ੍ਹੀ ਹੈ, 2 ਅੰਡੇ ਦੇਣੇ ਨੇ ਉਹਨੇ ਅੱਗੇ ਆ ਕਿ 40 ਅੰਡੇ ਰੱਖ ਦਈਏ ਇੱਕ ਮੁਰਗੀ ਥੱਲੇ ਤੇ ਬੱਚੇ ਪਲਣ। ਮੈਂ ਗੱਲ ਕਰਨ ਡਿਆ ਤਾਂ ਕਰਨੀ ਸੀ ਕਿ ਕਈ ਦੋਸਤ ਇੰਜ ਕਰਦੇ ਨੇ ਕਿ ਉਹਨਾਂ ਕੋਲ ਡਿਮਾਂਡ ਜ਼ਿਆਦਾ ਹੁੰਦੀ ਹੈ, ਕਬੂਤਰ ਘੱਟ ਹੁੰਦੇ ਨੇ, ਇਕੱਠੇ ਕਰ ਲੈਂਦੇ, ਉਹ ਇਕੱਠੇ ਕਰ ਲੈਂਦੇ, ਇਕੱਠੇ ਕਰਕੇ ਦੇ ਦਿੰਦੇ, ਤੇ ਇਹ ਇੰਜ ਨਹੀਂ ਕਰਨਗੇ, ਜ਼ੁਬੈਰ ਭਾਈ ਇੰਜ ਨਹੀਂ ਕਰਨਗੇ, ਭੱਟੀ ਸਾਹਿਬ ਇੰਜ ਨਹੀਂ ਕਰਨਗੇ, ਨਹੀਂ ਅੱਜ ਤੱਕ ਨਹੀਂ ਕੀਤਾ, ਅੱਗੇ ਵੀ ਨਹੀਂ ਕਰਨਗੇ, ਤੁਹਾਨੂੰ ਕਬੂਤਰ ਅੱਛੇ ਮਿਲਣਗੇ ਮਾਸ਼ਾਅੱਲਾ। ਮੈਂ ਕਬੂਤਰਾਂ ਦਾ ਸ਼ੌਕ ਵੀ ਕਰਾਉਣਾ, ਸ਼ੌਕ ਕਰਾਈਏ, ਹੁਣ ਸ਼ੌਕ ਕਰਾ ਦਿੰਦੇ। ਮੈਂ ਸਿਰਫ ਗੱਲ ਕਰਨਾ ਚਾਹੁੰਦਾ ਕਰੋ 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 ਕਿ ਜੋ ਪਿਆ ਦੀ ਛੱਤ ਇਹਨਾਂ ਨਨਕਾਣਾ ਸਾਹਿਬ, ਅੱਛਾ ਠੀਕ ਹੈ ਜੀ, ਉਹਨਾਂ ਦੇ ਜੋੜੇ ਸਾਰੇ ਮੈਂ ਲਾ ਕੇ ਆਇਆ, ਠੀਕ ਹੈ, ਤੁਸੀਂ ਉੱਥੇ ਗਏ ਵੀ, ਉਹ ਨਦੀਮ ਸਾਹਿਬ ਨੇ ਸ਼ੋਅ ਵੀ ਕਰਾਇਆ, ਬਹੁਤ ਅੱਛਾ ਸ਼ੋਅ ਕਰਾਇਆ ਜੀ, ਪੱਟੀ ਦਾ ਸ਼ੋਅ ਕਰਾਇਆ, ਮੁਕਰ ਦਾ, ਮਜ਼ਾ ਆਇਆ, ਮਜ਼ਾ ਆਇਆ, ਮਜ਼ਾ ਆਇਆ, ਸਾਰੇ ਉਹਨਾਂ ਦੇ ਕਬੂਤਰ ਜੋੜੇ ਮੈਂ ਲਾ ਕੇ ਆਇਆ, ਠੀਕ ਹੈ ਜੀ, ਅਤੇ ਅਮਜਦ ਅਲੀ ਅਫੀਸ਼ਲ ਚੈਨਲ ਦੇ ਨਾਲ ਮੈਂ ਚੱਲਦਾ ਸੀ,
ਤੇ ਅੱਲਾਹ ਦੇ ਹੁਕਮ ਨਾਲ ਇੱਕ ਰੁਪਿਆ ਵੀ ਕਦੀ ਉਹਨਾਂ ਕੋਲੋਂ ਨਹੀਂ ਲਿਆ, ਫੀ ਸਬੀਲ ਇਲਾ ਹੀ ਜਾਂਦਾ ਸੀ, ਆਪਣੇ ਖਰਚੇ ਤੇ ਜਾਂਦਾ ਸੀ, ਆਪਣੇ ਖਰਚੇ ਤੇ ਆਉਂਦਾ ਸੀ। ਵੈਰੀ ਗੁੱਡ, ਕਿਸੇ ਕੋਲੋਂ ਕਦੀ ਇੱਕ ਰੁਪਿਆ ਵੀ ਨਹੀਂ ਲਿਆ, ਸਿਰਫ ਸ਼ੌਕ ਦੇ ਹਵਾਲੇ ਨਾਲ। ਮੇਰੇ ਸ਼ਾਗਿਰਦ ਹਜ਼ਰਾਤ ਵੀ ਨੇ, ਮੈਂ ਆਪਣੇ ਸ਼ਾਗਿਰਦਾਂ ਨੂੰ ਤਕਰੀਬਨ 40 ਤੋਂ 50 ਜੋੜੇ ਵੀ ਦਿੱਤੇ ਨੇ। ਤੁਹਾਡੇ ਸ਼ਾਗਿਰਦ ਕਿੰਨੇ ਨੇ? ਮੇਰੇ ਭਾਈ ਸੁਲੇਮਾਨ ਸ਼ਾਗਿਰਦ ਇਸ ਟਾਈਮ ਹੋਣਗੇ ਕੋਈ 30-35 ਸ਼ਾਗਿਰਦ ਹੋਣਗੇ ਮੇਰੇ। ਤੁਹਾਨੂੰ ਉਸਤਾਦ ਦੀ ਪੱਗ ਕਿਹੜੇ ਸਾਲ 'ਚ ਮਿਲੀ? ਮੈਨੂੰ ਉਸਤਾਦ ਦੀ ਪੱਗ ਮਿਲੀ 2018 'ਚ। 2010 'ਚ ਸ਼ਾਗਿਰਦ ਹੋਏ? 2009 'ਚ ਸ਼ਾਗਿਰਦ ਹੋਏ, 11-9 'ਚ ਸ਼ਾਗਿਰਦ ਹੋਏ। ਸੁਨੈਣ ਫੌਜੀ ਸੁਨੈਣ ਬਰਨਾਈ ਰਹਿੰਦਾ, ਇੱਕ ਚੀਮਾ ਸਾਹਿਬ ਨੇ, ਜ਼ਮਾਨ ਚੀਮਾ ਸਾਹਿਬ ਨੇ, ਪੁੱਤਰੇ ਨਾ ਗਲਾਨ ਲੱਗੇ ਕਿੱਥੇ ਕਿ ਨਿਜਰੇ ਨੇ ਸਹੀ, ਪਰ ਮਤਲਬ ਓਵਰਆਲ ਪਾਕਿਸਤਾਨੀ ਨੇ, ਪੂਰੀ ਦੁਨੀਆ ਦੇ ਫੈਲੇ ਨੇ ਸ਼ਗਿਰਦ। ਮਾਸ਼ਾਅੱਲਾ। ਅੱਛਾ ਜ਼ਬੈਰ ਭਾਈ, ਕਬੂਤਰਾਂ ਲਾਈਏ ਯਾਰ, ਇੱਕ ਇੱਕ ਹੋਰ ਮੇਰੀ ਗੱਲ ਹੈ ਯਾਰ, ਕਈਆਂ ਦੋਸਤਾਂ ਨੇ ਨਾ ਪਤਾ ਕੀ ਮੂਵੀਆਂ ਲਾ ਤੀਆਂ ਨੇ, ਕਈਆਂ ਦੋਸਤਾਂ ਨੇ ਨਾ ਮੂਵੀਆਂ ਲਾ ਤੀਆਂ ਨੇ ਲੋਕਾਂ ਦੀਆਂ, ਜਿਵੇਂ ਮੈਂ ਮੂਵੀ ਲਾਵਾਂ ਤੇ ਯਾਰ ਮੈਂ ਉਹਨੂੰ ਕਿਉਂ ਯਾਰ, ਦੇਖੋ ਠੀਕ ਹੈ ਮੈਂ ਇੱਥੇ ਆਇਆ, ਇੰਨਾ ਟਾਈਮ ਜ਼ਾਇਆ ਕੀਤਾ, ਸੁਬਹਾ ਦੇ ਅਸੀਂ ਆਏ ਹਾਂ, ਅਤੇ ਮੈਂ ਉਹਨੂੰ ਯਾਰ ਫਿਰ ਪ੍ਰਾਈਵੇਸੀ 'ਤੇ ਕਰਦਾ, ਜਾਂ ਮੈਂ ਉਹਨੂੰ ਯਾਰ ਦੁਨੀਆ ਨੂੰ ਦਿਖਾਵਾਂ ਨਾ ਯਾਰ, ਕਿੱਡੀ ਮਾੜੀ ਗੱਲ। ਭਾਈ ਸੁਲੇਮਾਨ ਅਮਜਦ ਅਲੀ ਅਫੀਸ਼ੀਅਲ ਚੈਨਲ ਵਾਲੇ ਨੇ ਵੀਡੀਓ ਬਣਾਈਆਂ ਨੇ ਨਾ, ਲੇਕਿਨ 50-60 ਵੀਡੀਓ ਬਣਾਈਆਂ ਨੇ ਦੁਨੀਆ ਦਾ ਭਲਾ ਕਰਨ ਵਾਸਤੇ ਬਣਾਈਆਂ ਨੇ, ਉਹਨਾਂ ਨੇ ਪ੍ਰਾਈਵੇਸੀ ਲਾ ਦਿੱਤੀ ਹੈ, ਉਹਨੂੰ ਮੈਨੂੰ ਡਿਮਾਂਡ ਕਰ ਰਿਹਾ, ਉਹਨੂੰ ਡਿਮਾਂਡ ਕਰ ਰਿਹਾ ਕਿ ਮੈਨੂੰ ਤੂੰ 50,000 ਦੇ, ਉਹਨੂੰ 1,00,000 ਦੇ, ਮੈਂ ਤੇਰੀ ਵੀਡੀਓ ਦੁਬਾਰਾ ਲਾਉਣਾ। ਮੈਂ ਕਿਹਾ ਯਾਰ ਮੈਨੂੰ ਕੀ ਫਾਇਦਾ, ਮੈਨੂੰ ਕੀ ਨੁਕਸਾਨ, ਮੈਂ ਤੈਨੂੰ ਪੈਸੇ ਕਿਉਂ ਦਿਆਂ, ਵਜਾ ਮੈਂ ਤੈਨੂੰ ਪੈਸੇ ਨਹੀਂ ਦਿੰਦਾ, ਵਿਊਜ਼ ਤੈਨੂੰ ਆਉਣਾ ਨੇ, ਕੇ ਤੈਨੂੰ ਲੱਗ ਰਹੇ ਨੇ, ਅਰਨਿੰਗ ਤੇਰੀ ਵਧਣੀ, ਫਾਇਦਾ ਕੀ, ਕੋਈ ਜ਼ਰੂਰਤ ਨਹੀਂ ਹੈਗੀ। ਮੈਂ ਇਹ ਤਾਂ ਪਹਿਲੇ ਕਰਦਾ ਨਾ, ਜਾਂ ਕੋਈ ਇਹੋ ਜਿਹੀ ਗੱਲ ਵੀ ਸੀ ਉਹ ਪਹਿਲੇ ਕਰਦਾ ਕਿ ਯਾਰ ਮੈਨੂੰ ਇਹ ਮਸਲਾ ਹੈ ਤਾਂ ਮੈਨੂੰ ਪੈਸੇ ਦੇ ਜਾਂ ਲੈ ਜਾਂ ਜੋ ਵੀ ਹੈ, ਇੰਝ ਤਾਂ ਨਹੀਂ ਨਾ ਯਾਰ ਬਾਅਦ 'ਚ ਬਲੈਕਮੇਲਿੰਗ ਤਾਂ ਨਹੀਂ ਨਾ ਚੰਗੀ ਗੱਲ। ਹਾਂਜੀ ਵੇਖੋ ਯਾਰ ਸਾਡੇ ਦੋਸਤੋ ਮੀਡੀਆ ਵਾਲਿਓ, ਥੋੜ੍ਹਾ ਜਿਹਾ ਖਿਆਲ ਕਰੋ ਯਾਰ, ਤੁਹਾਡੀ ਮਿਹਰਬਾਨੀ, ਇੰਝ ਦੀਆਂ ਜ਼ਿਆਦੀਆਂ ਨਾ ਕਰੋ, ਮੈਨੂੰ ਗੁਜਰਾਂ ਵਾਲੇ ਤੋਂ ਵੀ ਕੰਪਲੇਨ ਆਈ ਸੀ ਇੰਝ ਹੀ, ਅਤੇ ਹੁਣ ਕਸੂਰ 'ਚ ਬੈਠਾ ਇੱਥੇ ਵੀ ਕੰਪਲੇਨ ਆ ਗਈ ਯਾਰ, ਇਹ ਤਾਂ ਮਾੜੀ ਗੱਲ ਹੈ ਯਾਰ, ਕਿੱਡੀ ਜ਼ਿਆਦੀ ਹੈ, ਔਰ ਯਕੀਨ ਕਰੋ ਤੁਸੀਂ ਇਹਦੇ 'ਤੇ ਪ੍ਰਾਈਵੇਸੀ ਲਾਉਂਦੇ ਹੋ, ਅਤੇ ਮੈਂ ਤਾਂ ਕਦੀ ਕਿਸੇ ਦੇ ਕਮੈਂਟਸ ਨਹੀਂ ਲਾਈ ਪ੍ਰਾਈਵੇਸੀ। ਜ਼ੁਲਮ ਹੈ, ਮੈਂ ਵੀਡੀਓ ਉਹਨਾਂ ਨੇ ਲਿੰਕ ਸੈਂਡ ਕੀਤਾ ਕਿ ਤੇਰੀ ਵੀਡੀਓ ਲਾ ਦਿੰਦੇ ਹਾਂ ਦੁਬਾਰਾ, ਅਤੇ ਪੈਸੇ ਤੂੰ ਸਾਨੂੰ ਦੇ। ਕਿੰਨੇ ਪੈਸੇ ਦੇ? 1,00,000 ਰੁਪਇਆ ਮੰਗ ਰਹੇ ਨੇ। ਚਲੋ ਦੱਸੋ ਯਾਰ, ਤੇ ਮੈਂ ਕਿਹਾ ਭਾਈ ਮੈਂ ਪੈਸੇ ਨਹੀਂ ਦੇਣੇ, ਵੀਡੀਓ ਲਾਓ ਜਾਂ ਨਾ ਲਾਓ, 1,00,000 ਮੰਗ ਰਹੇ ਨੇ। ਤੇ ਮੈਂ ਕਿਹਾ ਭਾਈ ਮੈਂ ਪੈਸੇ ਨਹੀਂ ਦੇਣੇ, ਵੀਡੀਓ ਲਾਓ ਜਾਂ ਨਾ ਲਾਓ। ਅੱਛਾ ਜੀ, ਸਾਰੀ ਮਾਲੂਮਾਤ ਸਾਜਮੇ ਦਿੱਤੀ, ਠੀਕ ਹੈ, ਉਹਨਾਂ ਕੋਲ ਰੰਗਦਾਰ ਕਬੂਤਰ ਨਹੀਂ ਹੈਗੇ, ਉਹਨਾਂ ਨੂੰ ਮੈਂ ਕਿਹਾ ਅੱਛੇ ਕਬੂਤਰ ਸੇਲ ਕਰੋ, ਲੋਕਾਂ ਨੂੰ ਪੈਸੇ ਖਰਚਣ ਦਾ ਮਜ਼ਾ ਆਵੇ, ਤੁਹਾਨੂੰ ਕਬੂਤਰ ਦੇਣ ਦਾ ਮਜ਼ਾ ਆਵੇ, ਇਸ ਪਾਸੇ ਨਹੀਂ ਜਾਂਦੇ, ਰੰਗਦਾਰ ਕਬੂਤਰ ਨਹੀਂ ਸੇਲ ਕਰਦੇ, ਅੱਖਾਂ 'ਚ ਰਿੰਗ ਹੁੰਦੇ ਨਹੀਂ, ਸਿਆਲਕੋਟੀ ਰਾਇਲ ਟੈਡੀ ਫਲਾਣੇ ਟੈਡੀ ਤਰੀਫਾਂ ਕਰ ਕਰਕੇ ਸੇਲ ਕਰੀ ਜਾਂਦੇ ਨੇ। ਤੁਸੀਂ ਹੱਕ ਤੇ ਹੋ ਨਾ, ਇਹ ਜਿਹੜਾ ਤੁਹਾਡੀ ਪ੍ਰੋਬਲਮ ਹੈ ਨਾ, ਇਹ ਤੁਸੀਂ ਠੀਕ ਹੈ, ਜਿੰਨਾ ਵੀ ਸ਼ੇਅਰ ਕਰ ਦਿੱਤਾ ਕਰ ਦਿੱਤਾ, ਇਹ ਤੁਸੀਂ ਪ੍ਰੋਬਲਮ ਆਪਣੀ ਬਾਅਦ 'ਚ ਸੋਲਵ ਕਰਨਾ, ਉਹਨੂੰ ਬਿਠਾ ਕੇ ਤੁਸੀਂ ਕਰ ਦਿੱਤਾ ਸ਼ੇਅਰ, ਲੇਕਿਨ ਸਾਡੇ ਇੰਟਰਵਿਊ ਦੇ ਵਿੱਚ ਨਹੀਂ ਕਰਨਾ, ਠੀਕ ਹੋ ਗਿਆ, ਲਹਿਦਾ ਪਾੜ ਪਾੜ ਬਣਾ ਦੇਣਾ, ਉਹਨਾਂ ਦੀ ਵਜ੍ਹਾ ਹੈ ਕਿ ਤੁਸੀਂ ਇਹ ਆਪਣੀ ਪ੍ਰੋਬਲਮ ਬਾਅਦ 'ਚੋਂ ਬਿਠਾ ਕੇ ਤੁਸੀਂ ਭਾਵੇਂ ਨਾ ਬਿਠਾ ਕੇ ਨਾ ਸੋਲਵ ਕਰੋ ਵੀ ਕੀ ਮਸਲਾ ਹੈ, ਜੇਕਰ ਕਿਸੇ ਨੂੰ ਸਮਝ ਲੱਗਦੀ ਹੈ, ਕਿਸੇ ਦੀ ਸਮਝ ਆਉਂਦੀ ਹੈ ਤਾਂ ਉਹ ਪਾਲੇ ਬੰਨ ਲਵੇ ਪੱਲੇ, ਨਹੀਂ ਸਮਝ ਆਉਂਦੀ ਛੱਡ ਦੇਵੇ, ਤੇਰੀ ਗੱਲ ਨਹੀਂ ਸਮਝ ਆਉਂਦੀ ਵੀ ਤੂੰ ਬਲੈਕਮੇਲ ਕਿਉਂ ਕਰ ਰਿਹਾ, ਬਈ ਬਲੈਕਮੇਲ ਕਿਉਂ ਕਰ ਰਹੇ ਹੈ, ਬੁਰੀ ਬਾਤ ਹੈ, ਬੁਰੀ ਬਾਤ ਹੈ ਨਾ, ਵੇਖੋ ਨਾ ਪੈਸੇ ਮੰਗਦਾ ਪਿਆ ਉਹਦੇ ਕੋਲੋਂ, ਪੈਸੇ ਦਿਓ ਕਿਸ ਚੀਜ਼ ਦੇ ਪੈਸੇ, ਸੁਲੇਮਾਨ ਸਾਹਿਬ ਇੱਕ ਜੋ ਕਬੂਤਰ ਤੇ ਵਿਖਾਓ ਜਿਹੜਾ ਕਮੱਗਰ ਤੇ ਉਹ ਮਿਸੀ ਜਾਲ ਦਾ, ਉਹ ਇੰਨੇ ਕਬੂਤਰ ਤੇ ਨੇ ਲੇਕਿਨ ਉਹ ਇੱਕ ਜੋੜਾ ਵਿਖਾ ਦਿਓ ਸਰ, ਨਹੀਂ ਨਹੀਂ ਉਹ ਸਾਰੇ ਵਿਖਾਣੇ ਨੇ, ਇੱਕ ਨਹੀਂ ਵਿਖਾਣਾ, ਸਾਰੇ ਦਿਖਾਣਾ, ਪਹਿਲਾਂ ਗਾਇਮ ਨਾ ਲਿਓ ਵਿਖਾ ਦੇ ਜੋੜਾ, ਇੱਕ ਇੱਕ ਇੱਕ, ਉਹ ਇਹ ਭੱਟੀ ਸਾਹਿਬ ਤਗੜੀ, ਇਹ ਨਾ ਜਾਨ ਨਹੀਂ ਦੇਣਾ ਸਾਨੂੰ, ਕਸੂਰੋਂ ਨਿਕਲ ਨਹੀਂ ਜਾਣਾ, ਐਵੇਂ ਨਹੀਂ ਜਾਣ, ਸਾਰੇ ਵਿਖਾਣਾ ਸਾਰੇ। ਅੱਛਾ ਤੁਸੀਂ ਮੋਨੇ ਦੇ ਬਾਰੇ ਕੀ? ਕੋਈ ਨਹੀਂ ਮਿਹਰਬਾਨੀ, ਬੜੀ ਮਿਹਰਬਾਨੀ, ਮੋਨੇ ਦੇ ਬਾਰੇ ਚ ਕੀ ਤੁਸੀਂ ਕਹਿ ਰਹੇ ਸੀ? ਬੜਾ ਦੁੱਖ ਹੋਇਆ ਜੀ, ਮੋਨਸ ਬੜੇ ਅੱਛੇ ਖਿਡਾਰੀ ਨੇ, ਤੇ ਜਿਹਨਾਂ ਚੋਰੀ ਕੀਤੀ ਉਹ ਨੂਰਾ ਪਹਿਲਵਾਨ ਬਣਨਾ ਚਾਹੁੰਦੇ ਨੇ ਨਾ, ਨੂਰਾ ਪਹਿਲਵਾਨ, ਉਹ ਵੀ ਕੋਈ ਪਹਿਲਵਾਨ ਹੋ ਸਕਦਾ, ਨੂਰਾ ਪਹਿਲਵਾਨ
ਉਹਨਾਂ ਦੇ ਉੱਤੇ ਜਿਹੜੇ ਇਸ ਤਰ੍ਹਾਂ ਭਲਵਾਨ ਬਣਦੇ ਨੇ, ਨੂਰਾ ਭਲਵਾਨ ਬਣ ਗਏ ਨੇ, ਉਹ ਵਿਚਾਰੇ ਦਾ ਸ਼ੌਕ ਜ਼ਾਇਆ ਕਰਤਾ ਤੁਸੀਂ। ਇੱਕ ਜ਼ਿੰਦਗੀ ਦਾ ਟੋਟਾ ਜੀ, ਇੱਕ ਜ਼ਿੰਦਗੀ ਦਾ ਟੋਟਾ ਉਹਨਾਂ ਨੇ ਟਾਈਮ ਵਕਫ ਕੀਤਾ। ਬੜਾ ਵਕਤ, ਬੜਾ ਅੱਛਾ ਇਨਸਾਨ ਹੈ ਉਹ, ਬੁਰਾ ਹੈ, ਬਹੁਤ ਬੁਰਾ। ਮੇਰੇ ਕੋਲ ਵੀ ਕਬੂਤਰ ਪਏ ਨੇ 70-80 ਜੋੜੇ, ਜਿਹੜੇ ਆ ਕੇ ਮਰਜ਼ੀ ਚੁੱਕ ਲੈਣ ਆਪਣੇ ਹੱਥਾਂ ਨਾਲ, ਮੈਂ ਖੁੱਡੇ ਬਾਅਦ ਜਿਹੜੇ ਲੈ ਲੈਣ ਸਾਰੇ ਲੈ ਜਾਣ, ਸਾਰੇ ਲੈ ਜਾਣ, ਸਾਰੇ ਲੈ ਜਾਣ, ਲੱਖ ਦੀ ਲਾਨਤ ਇਹਨਾਂ ਦੇ ਉੱਤੇ, ਚੋਰਾਂ ਦੇ ਚੋਰਾਂ ਦੇ ਉੱਤੇ ਕਹਿ ਰਿਹਾ ਸੀ, ਚੋਰਾਂ ਦੇ ਉੱਤੇ। ਇੱਥੇ ਵੀ ਜੀ 2-3 ਵਾਕਿਆ ਹੋਏ ਨੇ, ਗੰਨਾ ਲੈ ਕੇ ਆ ਗਏ ਨੇ, ਬਲਕਿ ਉਠਾ ਕੇ ਤੇ ਕਬੂਤਰ ਫਿਰ ਲੈ ਕੇ ਗਏ ਨੇ। ਨੂਰਾ ਨੂਰੇ ਉਸਤਾਦ ਬਣਦੇ ਪਏ ਨੇ, ਇਹ ਉਸਤਾਦਾਂ ਦਾ ਕੰਮ ਹੈ ਚੋਰੀ ਕਰਾਉਣਾ। ਇਹ ਚੋਰੀ ਬੰਦਿਆਂ ਛੋਟੇ ਛੋਟੇ ਕੋਲ ਕਰਕੇ ਤੇ ਉਸਤਾਦਾਂ ਦਾ ਕੰਮ ਹੈ, ਨੂਰਾ ਉਸਤਾਦ ਬਣਦੇ ਨੇ ਤੇ ਪਰਖ ਹੈ ਨਹੀਂ ਕਿ ਕਬੂਤਰ ਮੁੱਲ ਲੈ ਆਉਣ, ਫਿਰ ਕਹਿੰਦੇ ਸਾਡੇ ਪੈਸੇ ਜ਼ਾਇਆ ਹੋ ਗਏ ਤੇ ਇੰਝ ਹੋ ਗਏ ਤੇ ਉਹ, ਅਸੀਂ ਇੰਝ ਕੀਤਾ ਇੰਝ ਕੀਤਾ। ਉਹ ਯਾਰ ਸਭ ਤੋਂ ਪਹਿਲੇ ਪਰਖ ਸਿੱਖੋ, ਤੁਹਾਡੀ ਇਸੇ ਗੱਲ ਨੂੰ ਮੈਂ ਵੱਡਿਆ ਕਰਨਾ, ਪਰਖ ਹੋਵੇ ਤੇ ਮੰਡੀ ਚੋਂ ਲੱਭ ਜਾਂਦਾ ਚੰਗਾ। ਮੈਂ ਹੀ ਤੇ ਮੈਂ ਕਹਿ ਰਿਹਾ ਤੇ ਚੋਰੀ ਤੇ ਨਾ ਕਰੋ ਤੇ ਉਂਝ ਇੰਝ ਮਿਲ ਜਾਂਦੇ ਨੇ। ਉਹ ਵਿਚਾਰੇ ਨੇ ਪਤਾ ਨਹੀਂ ਕਿਸ ਤਰ੍ਹਾਂ ਇਕੱਠੇ ਕੀਤੇ ਨੇ ਆਪਣੀ ਪਰਖ ਤੋਂ, ਤੇ ਦੁਨੀਆਂ 'ਚ ਉਹਦਾ ਨਾਂ ਹੈ ਤੇ ਉਹਦਾ ਸਾਰਾ ਸ਼ੌਕ ਹੀ ਖਰਾਬ ਕਰਤਾ ਜੀ। ਇੰਨੀ ਮਿਹਨਤ, 50-60 ਸਾਲ ਦੀ ਮਿਹਨਤ ਉਹਦੀ, 60 ਸਾਲ ਦੀ ਜ਼ਿੰਦਗੀ ਵਕਫ ਕਰਤੀ, ਇੱਕ ਰਾਤ ਹੀ ਤੁਸੀਂ ਖਤਮ ਕਰਤੀ ਉਹਦੀ। ਅੱਲਾ ਤੁਹਾਨੂੰ ਗਰਕ ਕਰੇ, ਅੱਲਾ ਤੁਹਾਡੀ ਤਬਾਹੀ ਮਚਾਏ, ਅੱਲਾ ਇਹਨਾਂ ਨੂੰ ਹਦਾਇਤ ਦੇਵੇ, ਅੱਲਾ ਹਦਾਇਤ ਦੇਵੇ। ਯਾਨੀ ਕਿ ਤੁਸੀਂ ਇਹ ਵੇਖ ਲਓ, ਇਹ ਇਹ ਉਸਤਾਦ ਜੇ ਹੁਣ ਇੰਜ ਦੇ ਉਸਤਾਦ ਵੀ, ਲੱਖ ਦੀ ਲਾਨਤ ਐਸੇ ਉਸਤਾਦਾਂ ਤੇ। ਆਖਿਰ ਕੋਈ ਕਬੂਤਰਬਾਜ਼ੀ ਲੈ ਕੇ ਗਿਆ ਨਾ, ਜੀ ਹੋਰ ਕਿੰਨੇ ਲੈ ਕੇ, ਕਬੂਤਰਬਾਜ਼ੀ ਲੈ ਕੇ ਗਿਆ ਨਾ। ਅੱਛਾ ਨੂਰਾ ਉਸਤਾਦ ਬਣਨਾ ਚਾਹੁੰਦੇ ਨੇ ਨਾ, ਨੂਰਾ ਇਹ ਨੂਰਾ ਉਸਤਾਦ ਹੈ। ਅੱਛਾ ਇਹ ਨਹੀਂ ਨਾ ਪਤਾ, ਹੁਣ ਗੱਲ ਹੈ ਕਿ ਚਲੋ ਹੁਣ ਮਸਲੀਜ਼ ਗੱਡੀਆਂ ਤਾਂ ਲੈ ਗਏ ਨੇ ਉੱਥੋਂ, ਉਸਤਾਦੇ ਮੋਹਤਰਮ ਦੇ ਕਬੂਤਰ ਚੋਰੀ ਕੀਤੇ ਨੇ ਉਹਨਾਂ ਨੇ, ਮਸਲੀਜ਼ ਗੱਡੀਆਂ ਤਾਂ ਲੈ ਗਏ ਨੇ, ਤਾਂ ਡਰਾਈਵਰ ਕਿਹੜੀ ਬੇਬੇ ਪਾਏਗੀ ਉਹਨਾਂ ਦੇ, ਡਰਾਈਵਰ ਕਿਹੜੀ ਬੇਬੇ। ਦੇਖੋ ਨਾ ਆ ਗਈ ਨਾ ਗੱਲ ਉੱਥੇ ਹੀ, ਕਬੂਤਰ ਤਾਂ ਅੱਛੇ ਲੈ ਗਏ ਨੇ, ਹੁਣ ਡਰਾਈਵਰ ਕਿਹੜੀ ਬੇਬੇ ਦੇ, ਉਹ ਵੀ ਡਰਾਈਵਰ ਵੀ ਚੋਰੀ ਕਰ ਲਿਆ, ਉਹ ਡਰਾਈਵਰ ਤਾਂ ਮਾਰੀ ਪਹਾੜ ਦਰਿਆ 'ਚ ਹੀ ਸੁੱਟਣਾ ਨਾ, ਜ਼ਿਆਦਤੀ ਕੀਤੀ, ਬਹੁਤ ਜ਼ਿਆਦਤੀ ਕੀਤੀ, ਜ਼ੁਲਮ। ਬਹੁਤ ਅੱਛਾ ਇਨਸਾਨ ਸੀ, ਬੜਾ ਸ਼ੁਕੀਨ ਆਦਮੀ। ਦੇਖੋ ਜੀ ਮੇਰੇ ਕੋਲ ਨਾ ਇਨਸਾਨ ਸੀ ਉਹ, ਮੇਰੇ ਕੋਲ ਯਾਨੀ ਕਿ ਮੇਰਾ ਪਰ ਖਿੱਚੋ, ਮੇਰੇ ਕੋਲ ਮੇਰਾ ਇੱਕ ਦੋਸਤ ਕੀ ਕਸਮ ਹੀ ਕਹਿ ਲਓ, ਅਸੀਂ ਤਾਂ ਕਹਿ ਸਕਦੇ ਹਾਂ, ਕਿਉਂਕਿ ਜਦੋਂ ਪੈਸੇ ਦੇ ਕੇ ਗਿਆ, ਲੈ ਕੇ ਗਿਆ, 20-25 ਪੀਸ ਲੈ ਕੇ ਗਿਆ, ਬਿਮਾਰੀ ਪੈ ਗਈ, ਮਰ ਗਏ, ਉਹਨੇ ਮੈਨੂੰ ਫੋਨ ਕੀਤਾ ਕਿ ਤੁਹਾਡੇ ਵਾਸਤੇ ਪੈਸੇ ਇਕੱਠੇ ਕਰਨੇ ਪਏ ਅਤੇ ਤੁਹਾਡੇ ਕੋਲ ਕਬੂਤਰ ਹੋਰ ਚਾਹੀਦੇ ਨੇ। ਮੈਂ ਕਿਹਾ ਕੀ ਹੋਇਆ, ਕਹਿੰਦਾ ਜੀ ਬਿਮਾਰੀ ਪੈ ਗਈ, ਪਹਿਲੇ ਮੇਰੇ ਵੀ ਮਰ ਗਏ, ਸਾਰੇ ਇਹ ਵੀ ਮਰ ਗਏ ਨੇ। ਮੈਂ ਰਿਆਜ਼ ਨੂੰ ਕਿਹਾ, ਮੈਂ ਕਿਹਾ 25 ਪੀਸ ਪਾਏ, ਮੈਂ ਕਿਹਾ ਭਾਜੀ ਇਹ ਲੱਗ ਕੇ ਜੇ ਪਹੁੰਚ ਰਹੇ ਨੇ ਤੁਹਾਡੇ ਕੋਲ, ਕਹਿੰਦਾ ਪੈਸੇ ਮੈਂ ਕੋਈ ਪੈਸਾ ਨਹੀਂ। ਬਹੁਤ ਅੱਛੇ ਆ, ਬਹੁਤ ਅੱਛੇ, ਕਿਆ ਅੱਲਾ ਦੇ ਮਜ਼ਾ ਆ ਗਿਆ, ਮਜ਼ਾ ਆ ਗਿਆ, ਮੈਂ ਕੋਈ ਪੈਸਾ ਨਹੀਂ। ਲਓ ਜੀ ਇਹ ਗੱਲ ਜੇ ਇਹ ਜਿੰਨੀ ਆਪ ਖੂਬਸੂਰਤ ਗੱਲ ਕੀਤੀ, ਇੰਨੀ ਖੂਬਸੂਰਤ ਇਹਨਾਂ ਦੇ ਕਬੂਤਰ 'ਚ, ਇਹਨਾਂ ਕਬੂਤਰ ਕਿੱਥੋਂ ਪੈੜਾ ਦੇਣਾ ਯਾਰ, ਮੈਨੂੰ ਨਹੀਂ ਸਮਝ ਆਈ ਇਹ ਗੱਲ ਜਿਹੜੀ ਕੀਤੀ ਹੈ। ਤੁਸੀਂ ਇਹ ਦੇਖ ਲਓ ਨਾ, ਉਹ ਜਿਹੜੇ 5 ਕਬੂਤਰ ਦੇ ਰਹੇ ਨੇ ਉਹਨਾਂ ਨੂੰ ਫ੍ਰੀ ਕਿ ਤੁਹਾਡੇ ਮਰ ਗਏ ਨੇ, ਅਤੇ ਇਹਨਾਂ ਪੈੜਾ ਕਬੂਤਰ ਦੇਣਾ ਯਾਰ, ਗੱਲ ਕਰਨ ਵਾਲੀ ਕਰੋ ਤੁਸੀਂ, ਇਹ ਸ਼ੌਕ ਜੇ। ਉਹ ਮੇਰੇ ਕੋਲ ਕਬੂਤਰ ਹੀ ਚੰਗੇ ਨੇ, ਉਹ ਮੇਰੇ ਕੋਲ ਪਿੱਛੇ ਆਏ ਨੇ, ਹੁਣ ਤਕਰੀਬਨ ਥੋੜ੍ਹੀ ਦੇਰ ਹੋਈ ਆਏ ਨੇ, ਉੱਪਰ ਪੱਠੀਆਂ ਪੱਠੇ ਕੱਢੇ, ਮੈਂ ਕਿਹਾ ਭਾਅ ਜੀ ਪਸੰਦ ਕਰ ਲਓ, ਫਿਰ ਉਹਨਾਂ ਦਾ ਜ਼ਰਫ਼ ਦੇਖੋ। ਅਗਰ ਹੋਰ ਕੀ ਬੰਦਾ ਹੁੰਦਾ ਨਾ, ਮਾਮਲਾਤ ਹੁੰਦਾ, ਤਾਂ ਉਹਨੇ ਕਹਿੰਦਾ ਸੀ ਸਾਰੇ ਪਾ ਦਿਓ, ਉਹਨੇ ਕਿਹਾ ਯਾਰ ਇੰਨੇ ਮੈਂ ਕਰਨੇ, ਇੱਕ ਇਹ 2 ਪੱਠੀਆਂ ਦੇ ਦਿਓ, ਇੱਕ ਪੱਠਾ ਦੇ ਦਿਓ, ਬਸ ਤਿੰਨ ਹੀ ਬੜੇ ਨੇ, ਅਤੇ 20-25 ਅੱਲਾ ਦੇ ਹੁਕਮਾਂ ਬਾਹਰ ਕੱਢੇ ਸੀ, ਪੁੱਛ ਲਓ ਰਿਆਜ਼ ਨੂੰ, ਮੈਂ ਕਿਹਾ ਇਹਨਾਂ ਨੂੰ ਦੇਣੇ ਨੇ, ਬਹੁਤ। ਉਹਨੇ ਕਹਿੰਦਾ ਨਹੀਂ ਨਹੀਂ ਬਸ ਇਹ 3 ਹੀ ਚਾਹੀਦੇ ਨੇ, ਕਹਿੰਦਾ ਉਸਤਾਦ ਜੀ ਦਾਣਾ ਵੀ ਤਾਂ ਪਾਉਣਾ ਨਾ, ਸੰਭਾਲਣੇ ਵੀ ਦੇ ਗਏ ਨੇ ਨਾ, ਉਹ ਮੇਰੇ ਬੜੇ ਅੱਛੇ ਦੋਸਤ ਨੇ ਜੀ, ਬਹੁਤ ਅੱਛੇ। ਜਿਸ ਬੰਦੇ ਨੇ ਵੀ ਅਗਰ ਮੇਰਾ ਨਾਂ ਲੈ ਸ਼ਗਿਰਦ ਬੈਠਾ ਨਾਸਰ, ਠੀਕ ਹੈ ਜੀ, ਅਗਰ ਇਹਨੇ ਵੀ ਕਹਿਣਾ ਕਿ ਸਾਜ ਮੁੰਨ 3-4 ਜੋੜੇ ਦਿਓ, ਤੇ ਮੈਂ ਦਿੱਤੇ ਨੇ, ਮੈਂ ਕਿਹਾ ਅੱਲਾ ਯਾਰ ਸ਼ੋਕ ਕਰ, ਜਿੰਨੇ ਮੇਰੇ ਸ਼ਗਿਰਦ ਨੇ ਸਾਰਿਆਂ ਨੂੰ ਦਿੱਤੇ ਨੇ ਜੋੜੇ, ਕਿਸੇ ਨੂੰ 3 ਦਿੱਤੇ ਨੇ, ਕਿਸੇ ਨੂੰ 4 ਦਿੱਤੇ ਨੇ, ਹੱਥ ਹੀ ਲਾ ਕੇ ਦਿੱਤੇ ਨੇ ਕਿ ਅੱਲਾ ਯਾਰ ਸ਼ੋਕ ਕਰ, ਸ਼ੋਕ ਬਹਾਲ ਹੋਣਾ ਚਾਹੀਦਾ, ਸ਼ੋਕ ਕਰੋ ਬਸ। ਅਸਲ ਮੈਂ ਹੁਣ ਇੱਕ ਵਜ੍ਹਾ ਬਣ ਗਈ ਨਾ, ਮਹਿੰਗਾਈ ਬਹੁਤ ਹੋ ਗਈ, ਅੱਗੇ 18-20 ਹਜ਼ਾਰ ਰੁਪਏ ਦਾ ਦਾਣਾ ਪੈਂਦਾ ਸੀ ਮਹੀਨੇ ਦਾ, ਹੁਣ 70,000 ਰੁਪਏ ਦਾ ਦਾਣਾ ਸਾਡਾ ਮਹੀਨੇ ਦਾ, ਤਨਖਾਹ ਪਾ ਕੇ ਸਾਨੂੰ 80 ਲੱਖ ਰੁਪਏ ਨੂੰ ਪਹੁੰਚ ਜਾਂਦੇ ਤਕਰੀਬਨ, ਅਸੀਂ ਪਹੁੰਚ ਜਾਂਦੇ 1,00,000 ਰੁਪਏ। ਦੋਸਤ ਆਇਆ ਗਿਆ, ਡੇਰਾ ਆਪਣਾ ਮਾਸ਼ਾਅੱਲਾ ਅਲਹਮਦੁਲਿਲਾ, ਅਤੇ ਮਾਮਲਾਤ ਨੇ ਉਹ ਫਿਰ
ਹੁਣ ਜ਼ਰਾ ਹੁਣ ਥੋੜੀ ਜਿਹੀ ਕਿਚੀ ਜੀ ਵਟਣੀ ਪੈ ਜਾਂਦੀ ਹੈ ਹਾਂਜੀ ਖਰੀ ਗੱਲ ਹੈ ਇਹ ਜ਼ਰੂਰੀ ਹੈ ਮਹਿੰਗਾਈ ਵੀ ਇੰਤਹਾ ਹੈ ਮਹਿੰਗਾਈ ਬਹੁਤ ਹੋ ਤੁਸੀਂ ਮਰਾਣਾ ਵਾਂਗੂ ਰੋਟੀ ਨਾ ਖਵਾਇਆ ਕਰੋ ਚਾਹ ਤੇ ਗੁਜ਼ਾਰਾ ਕਰਿਆ ਕਰੋ ਜਿਹੜਾ ਚਲੋ ਲਈ ਅੱਗੇ ਫਿਰ ਚਲੀਏ ਸ਼ੌਕ ਰਹੀਏ ਕਬੂਤਰ ਨੂੰ ਸ਼ੌਕ ਰਹੀਏ ਲਈ ਦੋਸਤੋ ਬਹੁਤ ਹੈ ਮੰਦਾ ਸਰਦੀ ਲੱਗੀ ਜਾ ਰਹੀ ਹੈ ਲਈ ਦੋਸਤੋ ਕਬੂਤਰ ਜਿੰਦੀਆਂ ਪਾਕਿਸਤਾਨ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਅੱਗੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਇੰਜ ਹੀ ਇਨਸ਼ਾਅੱਲਾ ਤੁਹਾਨੂੰ ਅੱਛੇ ਉਸਤਾਦਾਂ ਨਾਲ ਮਿਲਵਾਉਂਦੇ ਰਹਾਂਗੇ ਔਰ ਮੈਂ ਕਹਿੰਦਾ ਤੁਹਾਨੂੰ ਅੱਛੇ ਤੋਂ ਅੱਛਾ ਸ਼ੌਕ ਵੀ ਕਰਾਵਾਂਗੇ ਔਰ ਜਿਹੜੇ ਕਬੂਤਰ ਦਿਖਾਵਾਂਗੇ ਨਾ ਇਹ ਵੀ ਇੱਕ ਤਰੀ ਹੀ ਕਬੂਤਰ ਦਿਖਾਵਾਂਗੇ ਇਨਸ਼ਾਅੱਲਾ ਅੱਲਾ ਦੀ ਮਿਹਰਬਾਨੀ ਨਾਲ ਸਾਰੇ ਦੋਸਤਾਂ ਨੂੰ ਬੜਾ ਮਜ਼ਾ ਆਏਗਾ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਨੂੰ ਅੱਛੇ ਪੂਰੇ ਕਰਨ ਦਾ ਸਭ ਸਾਰਾ ਅਖਤਿਆਰ ਹੈ ਬਾਬੇ ਨੂੰ 97 ਬਣਾਓ ਭਾਵੇਂ 98 ਬਣਾਓ ਸਹੀ ਅੱਲਾ ਕੀ ਕਹਦੇ ਨੇ ਇਹ ਬਨਾਰਸੀ ਠੱਗ ਦੇ 97 ਤੇ 97 ਹੈ ਯਾਰ ਦੋਸਤ ਯਾਰ ਥੋੜਾ ਜਿਹਾ ਖਿਆਲ ਕਰਿਆ ਕਰੋ ਇੱਕ ਤੁਹਾਡੇ ਦਾਦੇ ਦੀ ਪੜਦਾਦੇ ਦੀ ਉਮਰ ਦਾ 82 ਸਾਲ ਦਾ ਬਜ਼ੁਰਗ ਹੈ ਤੇ ਉਹਦੇ ਬਾਰੇ ਜੇ ਇਹੋ ਜਿਹੇ ਕਮੈਂਟਸ ਕਰੋਗੇ ਤੇ ਯਾਰ ਕਿੱਡੀ ਕੋਈ ਸ਼ਰਮ ਵਾਲੀ ਗੱਲ ਹੀ ਮੈਂ ਕਹਾਂਗਾ ਮੈਂ ਤੁਹਾਨੂੰ ਅੱਗੇ ਹੋਰ ਕੁਛ ਨਹੀਂ ਕਹਿ ਸਕਦਾ ਤੇ ਕਰਦੇ ਰਹੋ ਅਸੀਂ ਸੁਣ ਲੈ ਕੇ ਮੈਨੂੰ ਮਜ਼ਾ ਆਇਆ ਬਾਬੇ ਰੌਣ ਪਰਖ ਹੈ ਕਬੂਤਰਾਂ ਦੀ ਮੁਕੰਮਲ ਪਰਖ ਹੈ ਬੜੀ ਮਿਹਰਬਾਨੀ ਤੁਹਾਡੀ ਪੂਰੀ ਸਮਝ ਹੈ ਇਹਨਾਂ ਨੂੰ ਬਾਟਾ ਸਰਵਿਸ ਦੀ ਮੋਹਰ ਨਹੀਂ ਦੇਖਦੇ ਵੈਰੀ ਗੁੱਡ ਜੁੱਤੀ ਲੱਭਦੇ ਨੇ ਚੰਗੀ ਬਾਟਾ ਸਰਵਿਸ ਦੀ ਜੁੱਤੀ ਮੋਹਰ ਨਹੀਂ ਵੇਖਦੇ ਵੇਖਦੇ ਨੇ ਕਿ ਵਾਕਈ ਬਾਟਾ ਦੀ ਕੰਪਨੀ ਦੀ ਬਣੀ ਕਿ ਨਾਲ ਵਾਲੇ ਕਾਰਖਾਨੇ ਚੋਂ ਬਣ ਕੇ ਤੇ ਮੋਹਰ ਲੱਗ ਗਈ ਪਰਖ ਹੈ ਉਹਨਾਂ ਨੇ ਪੂਰੀ ਬੜੀ ਮਿਹਰਬਾਨੀ ਜੀ ਬੜੀ ਪੂਰੀ ਪਰਖ ਮੈਂ ਦੱਸਿਆ ਕਿ ਇੱਕ ਮੇਰੇ ਉਸਤਾਦ ਬਾਬੂ ਅਸਗਰ ਸਾਹਿਬ ਸਨ ਬੜਾ ਮਜ਼ਾ ਆਇਆ ਉਹਨਾਂ ਨਾਲ ਇਹ ਨਹੀਂ ਕਿ ਵੀ ਤਰੀਫਾਂ ਮੇਰੇ ਕਬੂਤਰਾਂ ਦੀਆਂ ਹੋ ਰਹੀਆਂ ਤੇ ਮੈਂ ਕਹਿ ਦਿਆਂ ਕਿ ਨਹੀਂ 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 ਅੱਛੀ ਗੱਲ ਨਹੀਂ ਮੈਂ ਕਦੀ ਵੀ ਨਹੀਂ ਇੰਨਾ ਟਾਈਮ ਦਿੱਤਾ ਇਹ ਵੀ ਗੱਲ ਨਾਲ ਜੇ ਮੇਰੀ ਸਮਝ 'ਚ ਨਹੀਂ ਨਾ ਅਗਰ ਸਮਝਦਾ ਨਹੀਂ ਕਬੂਤਰ ਨੂੰ ਤੇ ਮੈਂ ਨੀਚੇ ਚਲਾ ਜਾਂਦਾ ਹੁੰਦਾ ਪੁੱਛ ਲਓ ਰਿਆ ਜ਼ਬੈਰ ਨੂੰ ਸ਼ਰਫ ਹਾਸਲ ਹੈ ਕਿ ਇਹਨੇ ਟਾਈਮ ਦਵਾਇਆ ਹਾਂਜੀ ਜ਼ਬੈਰ ਸਾਹਿਬ ਬੜੇ ਵੱਡੇ ਆਪ ਯਾਨੀ ਕਿ ਪਰਖ ਦੇ ਬਾਦਸ਼ਾਹ ਨੇ ਪੂਰੀ ਦੁਨੀਆ ਨੇ ਦੇਖਿਆ ਔਰ ਬਿਲਕੁਲ ਸਾਰੇ ਪੁਆਇੰਟ ਇਹਨਾਂ ਦੇ ਅੱਛੇ ਨੇ ਜਿੰਨੇ ਪੁਆਇੰਟ ਇਹਨਾਂ ਦੱਸੇ ਨੇ ਇਹਨਾਂ ਦੇ ਕਬੂਤਰਾਂ 'ਚ ਉਹੀ ਪੁਆਇੰਟ ਨੇ ਦੇਖੋ ਨਾ ਮੇਰੇ ਉਸਤਾਦਾ ਕਰਾਂ ਨੂੰ ਮੈਂ ਦੱਸਿਆ ਅੱਖ ਤੋਂ ਕਬੂਤਰਬਾਜ਼ੀ ਸ਼ੁਰੂ ਹੁੰਦੀ ਹੈ ਅੱਖ ਤੇ ਖਤਮ ਹੁੰਦੀ ਹੈ ਇਹ ਪਰ ਹੋ ਗਿਆ ਹੱਡੀ ਹੋ ਗਈ ਜੋੜ ਹੋ ਗਿਆ ਦੁੰਬ ਬੰਦ ਹੋ ਗਈ ਇਹ ਇਜ਼ਾਫੀ ਪੁਆਇੰਟ ਨੇ ਅਗਰ ਇਹ ਪੁਆਇੰਟ ਦਾ ਕਬੂਤਰ ਅੱਛਾ ਹੁੰਦਾ ਐਂਡ ਤੇ ਅੱਖ ਤੇ ਹੀ ਆਉਣਾ ਐਂਡ ਅੱਖ ਤੇ ਹੀ ਐਂਡ ਅੱਖ ਤੇ ਹੀ ਐਂਡ ਅੱਖ ਪਰ ਅੱਛਾ ਹੋਣਾ ਇਜ਼ਾਫੀ ਪੁਆਇੰਟ ਨੇ ਪਰ ਅੱਛਾ ਹੋਵੇ ਕਬੂਤਰ ਜ਼ਾਹਿਰ ਹੈ ਫਿਰ ਉਹਦੇ ਉੱਡਣ 'ਚ ਵੀ ਸਹਾਰਾ ਉਹਨੂੰ ਮਿਲਦਾ ਹੈ ਇਹ ਪੈਰਾਸ਼ੂਟ ਜੀ ਹੋਈ ਬਗਲ ਪੈਰਾਸ਼ੂਟ ਹੈ ਜੀ ਜਿਹੜੀਆਂ ਸਾਈਡਾਂ ਵਾਲੀਆਂ ਕੰਨੀਆਂ ਨੇ ਤਾਂ ਸਮਝ ਲਓ ਤਨੀਆਂ ਜੀ ਪੈਰਾਸ਼ੂਟ ਦੀਆਂ ਬਿਲਕੁਲ ਉਹਨਾਂ ਨੇ ਚੁੱਕਣਾ ਉਹਨੇ ਖਿਲਾਰਨਾ ਹੈ ਬਿਲਕੁਲ ਦੋਵਾਂ ਦਾ ਅੱਜ ਕੀ ਕਰਦਾਰ ਹੈ ਹੁਣ ਗੱਲ ਲੰਮੀ ਹੋਣੀ ਜਾਣੀ ਹੈ ਕਿ ਬੜਾ ਹੀ ਲੰਮਾ ਤੁਸੀਂ ਐਡਾ ਲੰਮਾ ਚੈਨ ਚੱਕਰ ਨਾ ਪਾਓ ਓਕੇ ਹੋ ਗਿਆ ਅਗਲੀ ਵਾਰੀ ਸਹੀ ਬਈ ਦੋਸਤੋ ਲਓ ਜੀ ਲਓ ਜੀ ਅੱਲਾ ਸੋਹਣੇ ਦੇ ਹਵਾਲੇ ਜੀ ਹਾਂਜੀ